किछ मेहर उपावो डुबदे पत्थर तारे जियड़ा अग्न बराबर तपै भीतर वगै काती परणवत नानक हुकम पछाणै सुख होवै दिन राती सतनाम धन वाखे गुरु साहिब जियो फरीदा गली सो सज्जन वीही एक टूंडेंदी ना लहा तुखा ज्यों माली ही कारण तिन्ना मापिरी फरीदा गली सो सज्जन वीही एक टूंडेंदी ना लहा तुखा ज्यों मालिही कारण तिन्ना मापिरी वाहिगुरु जी का खालसा वाहिगुरु जी की फतेह। परम सन्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर अमृत गुरबाणी दे कीर्तन दा आप जी आनंद माण रहे सी। बाबा फरीद साहिब जी दा 87वां शलोक आप जी ने श्रवण कीता है। आओ
ਇਸ ਅੰਮ੍ਰਿਤ ਬਚਨ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰ ਸਕੀਏ। ਆਪ ਜਿਤਨੇ ਵੀ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹੋ, ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਬਾਬਾ ਫਰੀਦ ਸਾਹਿਬ ਜੀ ਨੇ ਕੱਲ ਦੇ ਜੋ ਦੋ ਸ਼ਲੋਕ ਆਪਾਂ ਵਿਚਾਰੇ ਨੇ, ਉਸ ਵਿੱਚ ਦਰਿਆ, ਬੇੜਾ, ਪਾਣੀ ਦੇ ਭਵਰ, ਘੁੰਮਣ ਘੇਰੀਆਂ ਤੇ ਮਲਾਹ ਦਾ ਜ਼ਿਕਰ ਕੀਤਾ ਹੈ ਤੇ ਨਾਲ ਇਹ ਸ਼ਬਦ ਕਹੇ ਕਿ ਕਿਨਾਰੇ ਤੇ ਖਲੋਤਾ ਹੋਇਆ ਮੁਰਸ਼ਦ ਮਲਾਹ ਆਵਾਜ਼ ਮਾਰ ਕੇ ਮਾਨਵਤਾ ਨੂੰ, ਮਨੁੱਖ ਨੂੰ ਇਹ ਗੱਲ ਸਮਝਾ ਰਿਹਾ ਹੈ ਕਿ ਤੇਰੀ ਜ਼ਿੰਦਗੀ ਦਾ ਜੋ ਬੇੜਾ ਹੈ, ਇਹ ਕੱਪਰਵਾਤ, ਇਹ ਘੁੰਮਣ ਘੇਰੀਆਂ ਵਾਲੇ ਪਾਸੇ ਨੂੰ ਜਾ ਰਿਹਾ ਹੈ। ਪਰ ਅੱਜ ਉਹਨਾਂ ਨੇ ਇੱਕ ਹੋਰ ਬਖਸ਼ਿਸ਼ ਕੀਤੀ, ਕਹਿਣ ਲੱਗੇ ਇਸ ਸੰਸਾਰ ਦੇ ਅੰਦਰ ਪਰਮਾਰਥ ਦੀ ਗੱਲ ਕਰਨ ਵਾਲੇ ਤਾਂ ਅਨੇਕਾਂ ਮਿਲਣਗੇ, ਪਰ ਕੋਈ ਐਸਾ ਨਜ਼ਰ ਨਹੀਂ ਆਉਂਦਾ ਪਿਆ ਕਿ ਜਿਹੜਾ ਸੱਚਮੁੱਚ ਅੰਦਰ ਦੇ ਭਾਂਡੇ ਨੂੰ ਧੋ ਕੇ, ਅੰਦਰ ਦੇ ਬੰਧਨਾਂ ਨੂੰ ਕੱਟ ਕੇ ਉਸ ਰੱਬ ਜੀ ਦੇ ਨਾਲ ਜੋੜ ਦੇਵੇ। ਅੱਜ ਇਸ਼ਾਰਾ ਹੈ ਉਹਨਾਂ ਲੋਕਾਂ ਵੱਲ ਕਿ ਜਿਹੜੇ ਆਪਣੇ ਆਪ ਨੂੰ ਮੁਰਸ਼ਦ, ਗੁਰੂ, ਰੂਹਾਨੀਅਤ ਦੇ ਆਗੂ ਹੋਣ ਦਾ ਦਾਅਵਾ ਪੇਸ਼ ਕਰਦੇ ਨੇ ਪਰ ਜਗਿਆਸੂ ਦੇ ਅੰਦਰ ਦੇ ਭਰਮ ਦੇ ਛੋੜ ਨਹੀਂ ਕੱਟ ਸਕੇ। ਹਜ਼ੂਰ ਕਹਿਣ ਲੱਗੇ ਗੱਲੀ ਸੋ ਸੱਜਣ ਵੀ, ਗੱਲਾਂ ਕਰਨ ਵਾਲੇ ਇੱਕ ਨਹੀਂ ਅਨੇਕਾਂ ਮਿਲ ਜਾਣਗੇ। ਪਰਮਾਤਮਾ ਦੀਆਂ ਗੱਲਾਂ ਕਰਨੀਆਂ, ਰੂਹਾਨੀਅਤ ਦੀ ਗੱਲ ਕਰਨੀ, ਅਨੇਕਾਂ ਮਿਲਣਗੇ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਂ ਉਸ ਦੀ ਢੂੰਡ ਵਿੱਚ ਹਾਂ, ਉਸ ਦੀ ਖੋਜ ਵਿੱਚ ਹਾਂ ਕਿ ਜਿਹੜਾ ਗੱਲਾਂ ਦੇ ਨਾਲ ਹਕੀਕਤ ਵਿੱਚ ਜਗਿਆਸੂ ਦੀ ਜ਼ਿੰਦਗੀ ਵਿੱਚ ਪਲਟਾ ਪੈਦਾ ਕਰ ਸਕੇ, ਉਹਦੀ ਜੀਵਨ ਨੂੰ ਪਲਟ ਸਕੇ। ਵੈਸੇ ਇਹ ਸ਼ਲੋਕ ਬਹੁ ਵਿਸਤਾਰ ਹੈ, ਹਰ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਜਣ, ਮਿੱਤਰ, ਯਾਰ, ਪਿਆਰਾ ਸ਼ਬਦ ਬਹੁਤ ਵਾਰੀ ਆਇਆ ਹੈ ਤੇ ਮਿੱਤਰ ਸੱਜਣ ਸ਼ਬਦ ਹੈ ਵੀ ਬਹੁਤ ਚੰਗਾ। ਹਜ਼ੂਰ ਨੇ ਕਿਹਾ ਪਹਿਲਾ ਪੱਖ ਕਿ ਜੋ ਗੱਲਾਂ ਵਾਲੇ ਸੱਜਣ ਨੇ ਉਹ ਭਾਵੇਂ ਦੁਨਿਆਵੀ ਮਿੱਤਰ ਹੋਣ ਤੇ ਭਾਵੇਂ ਪਰਮਾਰਥ ਦੇ ਨਾਮ ਤੇ ਮਿੱਤਰਤਾ ਕਰਨ, ਉਹਨਾਂ ਦੇ ਪੱਲੇ ਬੰਦੇ ਨੂੰ ਅਖੀਰ ਨਿਰਾਸ਼ਤਾ ਹੀ ਪੈਂਦੀ ਹੈ। ਚਾਹੇ ਦੁਨਿਆਵੀ ਮਿੱਤਰ ਵੀ ਹੈ, ਜੋ ਸਿਰਫ ਗੱਲਾਂ ਨਾਲ ਮਿੱਤਰਤਾ ਦਾ ਪਿਆਰ ਉਸ ਨੂੰ ਸਾਂਝਿਆਂ ਕਰ ਰਿਹਾ, ਉਹਦਾ ਅੰਤ ਜਿਹੜਾ ਉਹ ਹਕੀਕਤ ਵਿੱਚ ਦੁਖਦਾਈ ਬਣਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਸੰਸਾਰ ਦੀ ਅਸਲੀਅਤ, ਰੂਹਾਨੀਅਤ ਮਿੱਤਰ, ਦੁਨਿਆਵੀ ਮਿੱਤਰ, ਉਹ ਸਭ ਕੁਝ ਪ੍ਰਗਟ ਕਰ ਦਿੱਤਾ। ਆਓ ਪਹਿਲਾਂ ਅਸੀਂ ਇੱਕ ਪੱਖ ਲੈਣਾ ਹੈ ਕਿ ਸੰਸਾਰ ਦੇ ਜਿਨ੍ਹਾਂ ਨੂੰ ਆਪਾਂ ਮਿੱਤਰ ਕਹਿੰਦੇ ਹਾਂ, ਸੱਜਣ ਕਹਿੰਦੇ ਹਾਂ, ਇਹ ਕਿੰਨੇ ਕੁ ਬੰਦੇ ਨੂੰ ਅੰਦਰੂਨੀ ਇੱਕ ਦੂਜੇ ਨੂੰ ਪਿਆਰ ਕਰਦੇ, ਪਰ ਅਖੀਰ ਨਿਰਾਸ਼ਤਾ ਹੈ। ਗੁਰੂ ਜੀ ਦੀ ਅਮੋਲਕ ਬਾਣੀ ਵਿੱਚ ਬਚਨ ਨੇ
ਕਹਿੰਦੇ ਨੇ ਜਿਹੜਾ ਇਨਸਾਨ ਰੁਪਈਏ ਦੇਖ ਕੇ ਕਿਸੇ ਨੂੰ ਮਿੱਤਰ ਬਣਾਉਂਦਾ ਹੈ ਨਾ, ਉਹ ਕਦੀ ਵੀ ਸੱਚਾ ਮਿੱਤਰ ਨਹੀਂ ਹੋ ਸਕਦਾ। ਕਿਸੇ ਦਾ ਸੁੱਖ ਦੇਖ ਕੇ ਉਹਦੇ ਨੇੜੇ ਲੱਗਣ ਵਾਲਾ, ਕਦੀ ਵੀ ਦਿਲੋਂ ਪਿਆਰ ਕਰਨ ਵਾਲਾ, ਅੰਦਰ ਸੀਨੇ ਤੋਂ ਮੁਹੱਬਤ ਕਰਨ ਵਾਲਾ ਮਿੱਤਰ ਨਹੀਂ ਹੋ ਸਕਦਾ, ਕਿਉਂਕਿ ਉਹ ਤਾਂ ਸਿਰਫ ਇਸ ਤਰ੍ਹਾਂ ਹੈ ਕਿ ਜਿਵੇਂ ਆਦਮੀ ਸੂਰਜ ਵੱਲ ਮੂੰਹ ਕਰਕੇ ਤੁਰੇ ਤੇ ਪਰਛਾਵਾਂ ਮਨੁੱਖ ਦੇ ਪੈਰਾਂ ਦੇ ਪਿੱਛੇ ਪਿੱਛੇ ਤੁਰਿਆ ਜਾਂਦਾ ਤੇ ਜਦੋਂ ਕਿਤੇ ਸੂਰਜ ਵੱਲ ਪਿੱਠ ਹੋ ਜਾਏ ਤੇ ਉਹੀ ਪਰਛਾਵਾਂ ਮਨੁੱਖ ਦੇ ਮੁੱਖ ਦੇ ਅੱਗੇ ਅੱਗੇ ਦੌੜਨ ਲੱਗ ਪੈਂਦਾ। ਬੇਨਤੀ ਸਮਝਿਓ, ਜਿੰਨੀ ਦੇਰ ਤੱਕ ਸੁੱਖ ਦੇ ਸੂਰਜ ਵੱਲ ਮੂੰਹ ਹੈ, ਦੁਨੀਆਂ ਦੇ ਸੁੱਖ ਨੇ, ਓਨੀ ਦੇਰ ਤੱਕ ਸੰਸਾਰ ਦੇ ਮਿੱਤਰ ਪਰਛਾਵੇਂ ਦੀ ਤਰ੍ਹਾਂ ਪਿੱਛੇ ਲੱਗਣਗੇ। ਜਿਸ ਦਿਨ ਸੁੱਖਾਂ ਵੱਲ ਪਿੱਠ ਹੋ ਗਈ, ਸੁੱਖ ਚਲੇ ਗਏ, ਆਪਾਂ ਲੱਭਦੇ ਫਿਰਾਂਗੇ, ਉਹ ਮਿੱਤਰ ਅੱਗੇ ਹੋਣਗੇ, ਆਪਾਂ ਉਹਨਾਂ ਨੂੰ ਪਾਲਦੇ ਹੋਵਾਂਗੇ, ਲੱਭਣਗੇ ਨਹੀਂ। ਸਮਝਿਓ ਬੇਨਤੀ ਨੂੰ, ਫਿਰ ਸੁੱਖ ਵਿੱਚ ਸਾਨੂੰ ਲੱਭਣਗੇ ਪਰ ਦੁੱਖ ਵਿੱਚ ਆਪਾਂ ਉਹਨਾਂ ਨੂੰ ਲੱਭਾਂਗੇ। ਹਜ਼ੂਰ ਨੇ ਪਹਿਲਾ ਬਚਨ ਜੋ ਚੁਣਿਆ ਹੈ, ਮੈਂ ਆਪ ਜੀ ਦੇ ਸਮਕਸ਼ ਬੇਨਤੀ ਕਰਨ ਲਈ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਮਨਮੁੱਖ ਬੰਦੇ ਦੀ ਮਿੱਤਰਤਾ ਸਿਰਫ ਮਾਇਆ ਨਾਲ ਸੰਬੰਧਿਤ ਹੈ, ਸੁੱਖ ਨਾਲ ਸੰਬੰਧਿਤ ਹੈ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ। ਜਿਸ ਦਿਨ ਆਦਮੀ ਤੇ ਮੁਸੀਬਤ ਆ ਗਈ, ਦੁੱਖ ਆ ਗਿਆ, ਕੋਈ ਭੀੜਾ ਬਣ ਗਈ ਤੇ ਹਜ਼ੂਰ ਕਹਿ ਰਹੇ ਨੇ ਤੈਨੂੰ ਵੇਖਦਿਆਂ ਸਾਰ ਅਚਨਚੇਤ ਇਹ ਸੋਚਣਗੇ ਵੀ ਤੇਰੀ ਅੱਖ ਮੇਰੀ ਨਜ਼ਰ ਤੇ ਮੇਰੇ ਸਰੀਰ ਤੇ ਨਾ ਪੈ ਜਾਏ, ਤੇਰੇ ਤੋਂ ਆਪਣੇ ਆਪ ਨੂੰ ਬਚਾ ਕੇ ਨਿਕਲ ਜਾਣਗੇ। ਬਸ ਤੈਨੂੰ ਉਹਨਾਂ ਇਹ ਸਮਝਣ ਕਿ ਅਸਾਂ ਤਾਂ ਤੈਨੂੰ ਦੇਖੇ ਹੀ ਨਹੀਂ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ, ਕਦੀ ਵੀ ਉਹ ਸਾਂਝ ਪਾਉਣ ਨੂੰ ਫਿਰ ਤਿਆਰ ਨਹੀਂ। ਅਗਲਾ ਬਚਨ ਕਹਿੰਦੇ ਨੇ ਜਿੰਨੀ ਦੇਰ ਤੱਕ ਤੂੰ ਖਾਣ ਨੂੰ ਦਏਗਾ, ਪਾਉਣ ਨੂੰ ਦਏਗਾ, ਉਹਨਾਂ ਦੇ ਸਵਾਰਥ ਤੂੰ ਹੱਲ ਕਰੇਗਾ, ਓਨੀ ਦੇਰ ਤੱਕ ਜਿੱਥੇ ਬੈਠਣਗੇ ਉੱਥੇ ਥਾਂ ਪੁਰ ਥਾਂ ਤੇਰੀ ਸਿਫਤ ਕਰਨਗੇ ਕਿ ਇਹਦੇ ਵਰਗਾ ਮਰਦ ਬੰਦਾ ਹੀ ਕੋਈ ਨਹੀਂ। ਪਰ ਜਿਸ ਦਿਨ ਹੱਥ ਖਿੱਚ ਲਿਆ, ਜਿਹੜੇ ਸਿਫਤਾਂ ਕਰਦੇ ਨੇ ਥਾਂ ਥਾਂ ਤੇ ਬਦਨਾਮੀ ਕਰਨ ਲੱਗ ਪੈਣਗੇ। ਅਸਲੀਅਤ ਹੈ ਜਿੱਚਰ ਪਹਿਨਣ ਖਾਵਣੇ, ਟਿੱਚਰ ਰੱਖਣ ਗੰਢ, ਗੰਢ ਦਰ ਤੇ ਸੰਬੰਧ ਸਾਂਝ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਵਣੇ, ਟਿੱਚਰ ਰੱਖਣ ਗੰਢ, ਜਿੱਤ ਦਿਨ ਕਛੂ ਨਾ ਹੋਵੇ। ਜਿੱਦਣ ਤੂੰ ਕਿਹਾ ਬਸ ਭਰਾਵੋ ਮੇਰੇ ਹੱਥ ਕੜੇ, ਮੈਂ ਕੁਝ ਨਹੀਂ ਕਰ ਸਕਦਾ, ਤਿੱਤ ਦਿਨ ਬੋਲਣ ਗੰਧ, ਉਸੇ ਦਿਨ ਆਪਣੀ ਜ਼ਬਾਨ ਨਾਲ ਤੇਰੀ ਬਦਨਾਮੀ ਕਰਨਗੇ। ਚਾਨਕਿਆ ਨੇ ਆਪਣੀ ਨੀਤੀ ਵਿੱਚ, ਚਾਨਕਿਆ ਨੀਤੀ ਜੀ ਇੱਕ ਬਚਨ ਹੈ, ਉਹਦਾ ਸੁਖਨ ਹੈ। ਉਹ ਕਹਿੰਦੇ ਨੇ ਜਿਹੜੇ ਮਿੱਤਰ ਜ਼ਬਾਨ ਤੇ ਮਿੱਠੀਆਂ ਗੱਲਾਂ ਕਰਨ, ਜ਼ਬਾਨ ਤੇ ਆਪਾ ਵਾਰਨ ਦੀ ਬਾਤ ਕਰਨ ਤੇ ਪਿੱਠ ਪਿੱਛੇ ਉਹਦੀ ਚੁਗਲੀ ਕਰਨ, ਆਪਣੇ ਮਿੱਤਰ ਦੀ ਨਿੰਦਿਆ ਕਰਨ, ਉਹਦੀ ਬਦਖੋਈ ਕਰਨ, ਕਹਿੰਦੇ ਨੇ ਉਹ ਤਾਂ ਉਸ ਭਾਂਡੇ ਦੀ ਤਰ੍ਹਾਂ ਨੇ ਜਿਹੜਾ ਭਾਂਡਾ ਥੱਲਾ ਉਹ ਤਾਂ ਸਾਰਾ ਜ਼ਹਿਰ ਨਾਲ ਭਰਿਆ ਹੈ, ਪਰ ਉੱਤੇ ਥੋੜਾ ਜਿਹਾ ਉਹਦੇ ਉੱਤੇ ਦੁੱਧ ਪਾਇਆ ਹੋਇਆ। ਥੱਲੇ ਜ਼ਹਿਰ ਹੈ ਪਰ ਉੱਤੇ ਦੁੱਧ ਹੈ, ਕਿ ਮੂੰਹ ਤੇ ਸਿਫਤ ਹੈ ਤੇ ਪਿੱਠ ਪਿੱਛੇ ਬਦਨਾਮੀ ਕਰਦੇ। ਸਤਿਗੁਰੂ ਨੇ ਕਿਹਾ ਕਿ ਐਸੇ ਵੀ ਮਿੱਤਰ, ਐਸੇ ਵੀ ਸੱਜਣ ਨੇ ਜਿਹੜੇ ਕੇਵਲ ਸੁੱਖ ਕਰਕੇ ਨੇੜੇ ਟੁੱਕਦੇ ਨੇ। ਹੋਰ ਇੱਥੇ ਇੱਕ ਦੋ ਬੇਨਤੀਆਂ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਤੱਤ ਨੇ ਸਾਰੇ ਬਚਨ, ਪਰ ਫਰਕ ਇਹਨੇ, ਬੰਦਾ ਉਦਣ ਮੰਨਦਾ ਜਿੱਧਰ ਇਹਦੇ ਨਾਲ ਵਾਪਰ ਜਾਂਦੀ ਹੈ, ਪਹਿਲਾਂ ਨਹੀਂ ਮੰਨਣ ਨੂੰ ਤਿਆਰ। ਜਦੋਂ ਇਹਨੂੰ ਠੋਕਰ ਵੱਜਦੀ ਫਿਰ ਕਹਿੰਦਾ ਹਾਂ ਅੱਜ ਤੱਕ ਬਾਣੀ ਪੜ੍ਹਦੀ ਰਹੇ, ਜੋ ਗੁਰੂ ਨੇ ਕਿਹਾ ਉਹ ਤਾਂ ਇੰਨਾ ਸੱਚ, ਜੋ ਕਿਹਾ ਉਹ ਮੇਰੇ ਨਾਲ ਵਾਪਰ ਗਿਆ, ਵਾਪਰ ਕੇ ਮੰਨਣੇ ਆ। ਹਜ਼ੂਰ ਨੇ ਬਾਣੀ ਵਿੱਚ ਇੱਕ ਹੋਰ ਬਚਨ ਕਿਹਾ, ਦਾਤਾਰ ਦੇ ਅਮੋਲਕ ਬਚਨ ਵਿੱਚੋਂ ਕਹਿੰਦੇ ਨੇ ਜਿਹੜੇ ਐਸੇ ਸੱਜਣ ਨੇ, ਭਾਵਾਂ ਦੇਖੋ ਸ਼ਬਦ ਸੱਜਣ ਨਾਲ ਹੀ ਸੰਬੰਧਿਤ ਹੈ, ਸੂਈ ਰਾਗ ਚ ਆਪਾਂ ਪੜ੍ਹਨੇ ਤੇ ਇੱਕ ਸਿਰਫ ਇੱਕ ਸ਼ਬਦ, ਕੋਈ ਨਹੀਂ ਸੀ ਉਹਨੂੰ ਸੱਜਣ ਠੱਗ ਕਹਿੰਦਾ, ਹਰ ਬੰਦਾ ਉਹਨੂੰ ਸੱਜਣ ਕਹਿੰਦਾ ਸੀ, ਮਿੱਤਰ ਕਹਿੰਦਾ ਸੀ, ਕੋਈ ਸੱਜਣ ਸ਼ਾਹ ਕਹਿੰਦਾ ਸੀ, ਕੋਈ ਸੱਜਣ ਸੇਠ ਕਹਿੰਦਾ ਸੀ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਦੁਨੀਆਂ ਦੇ ਪਖੰਡੀ ਸੱਜਣ ਤੇ ਅਸਲੀ ਜੋ ਸੱਜਣ ਹੈ ਉਹਦੀ ਵਿਆਖਿਆ ਵਿੱਚ ਕੁਝ ਪ੍ਰਮਾਣ ਦਿੱਤੇ।
ਤੇ ਪਰ ਦੇਖੋ ਸਤਿਗੁਰੂ ਦੀ ਮਿਹਰ ਇੱਕ ਖਿੰਨ ਚ ਵਰਤੀ ਸ਼ਬਦ ਐਸੀ ਪਾਰਸ ਕਲਾ ਕਿ ਜਦੋਂ ਸੰਗਤ ਚਾਹੀਏ ਬਸ ਇੰਨਾ ਕੁ ਮਨ ਤਿਆਰੀ ਕਰਕੇ ਲਿਆਈਏ ਕਿ ਅੱਜ ਮੇਰੀ ਜ਼ਿੰਦਗੀ ਚ ਪਲਟਾ ਆਉਣਾ ਕਿਉਂਕਿ ਇਹ ਨਾ ਫੁਰਨਾ ਲੈ ਕੇ ਆਈਏ ਵੀ ਪਤਾ ਨਹੀਂ ਸਾਡੇ ਤੇ ਤਾਂ ਕਿਰਪਾ ਹੋਣੀ ਨਹੀਂ ਜਦੋਂ ਪਹਿਲੀ ਮਨ ਆਪਾਂ ਢੇਰੀ ਢਾ ਕੇ ਬੈਠੇ ਹਾਂ ਤੇ ਕਿਰਪਾ ਕਿਵੇਂ ਹੋਵੇਗੀ ਮਨ ਬਣਾ ਕੇ ਆ ਬਾਬਾ ਜੀ ਦੀ ਬਾਣੀ ਵਿਚ ਇੱਕ ਬਚਨ ਆਉਂਦਾ ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਭਗਤ ਰਵਿਦਾਸ ਜੀ ਕਹਿੰਦੇ ਨੇ ਸਾਰਾ ਸੰਸਾਰ ਇਸ ਹਕੀਕਤ ਤੋਂ ਜਾਣੂਵੇ ਕਿ ਰਵ ਪ੍ਰਗਾਸ ਜਦੋਂ ਸੂਰਜ ਚੜ੍ਹਦਾ ਤੇ ਰਾਤ ਦਾ ਹਨੇਰਾ ਆਪਣੇ ਆਪ ਚਲਾ ਜਾਂਦਾ ਕਿੰਨੀ ਕੁ ਦੇਰ ਲੱਗਦੀ ਹੈ ਉਸ ਹਨੇਰੇ ਨੂੰ ਖਤਮ ਹੁੰਦਿਆਂ ਉਹ ਹਨੇਰਾ ਹੈ ਚਾਰ ਪੈਰਾਂ ਦਾ ਪਰ ਜਾਂਦਿਆਂ ਦੇਰੀ ਨਹੀਂ ਲੱਗਦੀ ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਪਾਰਸ ਮਾਨੋ ਤਾਂਬੋ ਛੋਹੈ ਕਣਕ ਹੋਤ ਨਹੀਂ ਬਾਹਰ ਕਹਿੰਦੇ ਨੇ ਜਦੋਂ ਪਾਰਸ ਤਾਂਬੇ ਨੂੰ ਛੂਹ ਜਾਏ ਤੇ ਕਿੰਨੀ ਕੁ ਦੇਰ ਲੱਗਦੀ ਏ ਕਿ ਉਸ ਪਾਰਸ ਦਾ ਕੰਚਨ ਬਣਦਿਆਂ ਸੋਨਾ ਬਣਦਿਆਂ ਇੱਕ ਖਿੰਨ ਦੇ ਵਿਚ ਤਾਂਬਾ ਸੋਨਾ ਬਣ ਜਾਂਦਾ ਹੈ ਤੇ ਸੂਰਜ ਚੜ੍ਹਨ ਦੀ ਦੇਰ ਇੱਕ ਖਿੰਨ ਦੇ ਵਿਚ ਹਨੇਰਾ ਚਲਾ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਗੁਰੂ ਦਾ ਸ਼ਬਦ ਆਪਣੀ ਪਾਰਸ ਕਲਾ ਵਰਤਾਂਦਾ ਹੈ ਜਦੋਂ ਸਤਿਗੁਰੂ ਦਾ ਸ਼ਬਦ ਜਗਿਆਸੂ ਦੇ ਅੰਤਰ ਆਦਮੇ ਇੱਕ ਨਵੀਂ ਕ੍ਰਾਂਤੀ ਪੈਦਾ ਕਰਦਾ ਹੈ ਬਸ ਇੱਕ ਖਿੰਨ ਛੂਹਣ ਦੀ ਦੇਰ ਏ ਇੱਕ ਖਿੰਨ ਦੇ ਵਿਚ ਤਾਂਬਾ ਲੋਹਾ ਵੀ ਕੀਮਤੀ ਸੋਨਾ ਬਣ ਜਾਂਦਾ ਹੈ ਇਸੇ ਨੂੰ ਭੱਟਾ ਨੇ ਕਿਹਾ ਕਿ ਹਜ਼ੂਰ ਦੀ ਕਿਰਪਾ ਨਾਲ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਪਰ ਇਹਦੇ ਵਿਚ ਦੇਰੀ ਦਾ ਤੇ ਕਿਤੇ ਜ਼ਿਕਰ ਹੀ ਨਹੀਂ ਇਹ ਨਹੀਂ ਕਿਹਾ ਵੀ ਇਹ ਪੱਥਰ ਪਿਆ ਕੁਝ ਸਦੀਆਂ ਤੋਂ ਬਾਅਦ ਇਹ ਮੋਤੀ ਬਣੇਗਾ ਇਹ ਨਹੀਂ ਕਿਹਾ ਇਹ ਲੋਹਾ ਪਿਆ ਕੁਝ ਸਾਲਾਂ ਤੋਂ ਬਾਅਦ ਇਹ ਕੀਮਤੀ ਲਾਲ ਬਣੇਗਾ ਇਹ ਨਹੀਂ ਕਿਹਾ ਇਹ ਕੱਚ ਪਿਆ ਤੇ ਕੁਝ ਮਹੀਨੇ ਲੱਗਣਗੇ ਸਮਾਂ ਲੱਗੇਗਾ ਜਦੋਂ ਇਹ ਸੋਨਾ ਬਣੇਗਾ ਬਸ ਇੱਕੋ ਗੱਲ ਕਈ ਕਹਿਣ ਲੱਗੇ ਕੱਚ ਪਏ ਹੋਏ ਨੂੰ ਸਾਲ ਮਹੀਨੇ ਸਦੀਆਂ ਹੋ ਸਕਦੀਆਂ ਨੇ ਪਰ ਜਦੋਂ ਨਦਰ ਕਰੇ ਕੱਚ ਤੋਂ ਕੰਚਨ ਬਣਾਉਂਦਿਆਂ ਕੋਈ ਦੇਰੀ ਨਹੀਂ ਲਾਉਂਦਾ ਉਹ ਬਖਸ਼ਿਸ਼ ਕਰੇ ਤੇ ਲੋਹੇ ਤੋਂ ਕੀਮਤੀ ਲਾਲ ਬਣਾਉਂਦਿਆਂ ਦੇਰੀ ਨਹੀਂ ਲਾਉਂਦਾ ਬਸ ਮਨਾ ਉਹਦੀ ਬਖਸ਼ਿਸ਼ ਦੇ ਖੱਤ ਤਾਂ ਹਰ ਵੇਲੇ ਹੀ ਸਾਡੇ ਵੱਲ ਨੇ ਬਸ ਤੂੰ ਝੋਲੀ ਬਣਾ ਜਿੱਦਣ ਤੇਰੀ ਝੋਲੀ ਬਣ ਗਈ ਉਹਨੇ ਆਪਣੇ ਆਪ ਹੀ ਬਖਸ਼ਿਸ਼ ਟਿਕਾ ਦੇਣੀ ਸਿਰ ਮੈਂ ਇਹ ਬੇਨਤੀ ਤਾਂ ਕੀਤੀ ਏ ਕਿ ਘਟਨਾ ਆਪ ਨਾਲ ਸਾਂਝੀ ਕਰ ਲਈ ਸੀ ਦੋ ਤਿੰਨ ਪੱਖਾਂ ਵਿੱਚ ਇਹ ਵਿਚਾਰਾਂਗੇ ਦੁਨੀਆਂ ਦੇ ਸੱਜਣ ਫਿਰ ਗੁਰੂ ਸੱਜਣ ਸੰਤ ਸੱਜਣ ਤੇ ਪਰਮਾਤਮਾ ਸੱਜਣ ਸੰਸਾਰ ਦੇ ਸੱਜਣ ਕੀ ਕਰਦੇ ਨੇ ਤੇ ਸੱਚਾ ਮਿੱਤਰ ਗੁਰੂ ਗੁਰਮੁਖ ਕਿਵੇਂ ਮਿੱਤਰਤਾ ਹੀ ਨਿਭਾਉਂਦਾ ਹੈ ਹਜ਼ੂਰ ਸੱਜਣ ਦੇ ਘਰ ਵਿੱਚ ਗਏ ਸਰਾਂ ਵਿੱਚ ਗਏ ਉਹਨੇ ਦਰਸ਼ਨ ਕੀਤੇ ਮਹਾਰਾਜ ਜੀ ਦੇ ਇਤਿਹਾਸ ਕਹਿੰਦਾ ਉਹਨੇ ਹਜ਼ੂਰ ਨਾਲ ਗੱਲਬਾਤ ਵੀ ਕੀਤੀ ਸੱਚੀ ਸਰਕਾਰ ਦੇ ਪਵਿੱਤਰ ਮੁਖ ਮਸਤਕ ਤੇ ਜਿਹੜਾ ਨੂਰ ਡਲਕਾ ਮਾਰਦਾ ਸੀ ਨਾ ਸੱਜਣ ਦੇ ਮਨ ਨੇ ਕਿਹਾ ਕਿ ਬਹੁਤ ਵੱਡਾ ਵਪਾਰੀ ਏ ਤੇ ਜੋ ਕੁਝ ਇਹਨਾਂ ਕੱਪੜੇ ਚ ਲਪੇਟਿਆ ਇਹਦੇ ਵਿੱਚ ਕੀਮਤੀ ਖਜ਼ਾਨਾ ਹੋਵੇਗਾ ਹੀਰੇ ਮੋਤੀ ਨੇ ਉਹਨੇ ਸੋਚਿਆ ਠੀਕ ਪਰ ਇੱਕ ਥਾਂ ਤੇ ਉਹ ਖੁੰਝ ਗਿਆ ਹੈ ਤਾਂ ਸਤਿਗੁਰੂ ਵਪਾਰੀ ਪਰ ਉਹਦੀ ਨਜ਼ਰ ਅਜੇ ਪੱਥਰਾਂ ਤੇ ਗੀਟਿਆਂ ਤੇ ਚਮਕਦਾਰ ਚੀਜ਼ਾਂ ਤੇ ਟਿਕੀ ਏ ਗੁਰੂ ਉਹ ਵਪਾਰੀ ਨੇ ਜਿਨ੍ਹਾਂ ਦੇ ਕੋਲ ਰੁਖਾਨੀਅਤ ਦਾ ਕੀਮਤੀ ਰਤਨ ਹੈ ਹੀਰਾ ਹੈ ਉਹਨੇ ਗੱਲ ਵੀ ਕੀਤੀ ਹਜ਼ੂਰ ਦੇ ਕੋਲ ਬੈਠਿਆ ਵੀ ਪਰ ਉਹ ਪਲਟਿਆ ਨਹੀਂ ਕੋਈ ਅਸਰ ਨਹੀਂ ਹੋਇਆ ਅਜੇ ਵੀ ਫੁਰਨੇ ਇਹੀ ਚੱਲੀ ਜਾਣ ਵੀ ਰਾਤ ਨੂੰ ਆਰਾਮ ਕਰਨਗੇ ਤੇ ਖਤਮ ਕਰ ਦਿਆਂਗਾ ਸਭ ਕੁਝ ਲੁੱਟ ਲਾਂਗਾ ਉਸ ਬੰਦੇ ਨੇ ਪ੍ਰਸ਼ਾਦ ਪਾਣੀ ਵੀ ਤਿਆਰ ਕਰਾਇਆ ਤੇ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਕਹਿਣ ਲੱਗੇ ਭਲਿਆ ਨਾਮ ਹੀ ਆਧਾਰ ਬਣਾਇਆ ਬਸ ਨਾਮ ਭੋਜਨ ਛਕ ਲਿਆ ਬਾਕੀ ਭੁੱਖਾਂ ਮਰ ਗਈਆਂ ਨੇ ਉਹਨੇ ਮਨ ਚ ਆਏ ਇਹ ਅਦਭੁਤ ਜਿਹਾ ਯਾਤਰੀ ਆ ਜਿਹਾ ਹੈ ਇਹਦੀਆਂ ਗੱਲਾਂ ਅੰਦਰ ਨੂੰ ਹੈਰਾਨ ਕਰਦੀਆਂ ਨੇ ਪਰ ਕਿਹਾ ਚਲੋ ਛੱਡੋ ਇਹ ਦੁਨੀਆਂ ਬੜੀ ਵੱਡੀ ਏ ਕਈ ਆਏ ਕਈ ਗਏ ਕਿਉਂਕਿ ਜਦੋਂ ਬੰਦਾ ਪਾਪ ਕਰਦਾ ਨਾ ਕਦੀ ਕਦੀ ਇਹਦੇ ਅੰਦਰੋਂ ਧਰਮ ਦੀ ਆਵਾਜ਼ ਉੱਠਦੀ ਏ ਪਰ ਪਾਪ ਇੰਨੇ ਕੀਤੇ ਹੁੰਦੇ ਨੇ ਉਹ ਆਵਾਜ਼ ਨੂੰ ਦਬਾ ਦਿੰਦੇ ਨੇ
ਉੱਠਦੀ ਜ਼ਰੂਰ ਹੈ। ਇਕੱਲਿਆਂ ਬੈਠਿਆਂ ਸੋਚਦਾ ਕਈ ਵਾਰੀ, ਫਿਰ ਕਿਹਾ ਚਲੋ ਇਹ ਵਿਸ਼ਰਾਮ ਕਰਨਗੇ ਤੇ ਮੈਂ ਖਤਮ ਕਰਾਂਗਾ, ਮੈਂ ਗੱਲ ਮੁਕਾਵਾਂ। ਕਿ ਉਹ ਨਾਲ ਦੇ ਕਮਰੇ ਚ ਬੈਠ ਗਿਆ, ਇੱਕ ਦੀਵਾਰ ਦਾ ਸਿਰਫ ਉਲ ਹੈ ਜਿੱਥੇ ਹਜ਼ੂਰ ਟਿਕੇ ਨੇ। ਸੂਈ ਰਾਗ ਵਿੱਚ ਤਾਰ ਸੁਰ ਕੀਤੀ ਤੇ ਕੀਰਤਨ ਸ਼ੁਰੂ ਹੋ ਗਿਆ। ਰਾਤ ਦਾ ਵੇਲਾ ਇਕਾਂਤ ਹੈ ਤੇ ਗੁਰੂ ਨਾਨਕ ਸਾਹਿਬ ਜਦੋਂ ਸ਼ਬਦ ਗਾਉਣ ਲੱਗੇ, ਕੀਰਤਨ ਕਰਨ ਲੱਗੇ, ਤੇ ਉਹ ਕੀਰਤਨ ਇਹ ਨਹੀਂ ਕਿ ਬਾਣੀ ਪਹਿਲਾਂ ਉਚਾਰੀ ਹੈ, ਉਹ ਬਾਣੀ ਅਜੇ ਹੁਣੇ ਹੁਣੇ ਸ਼ਬਦ ਆਇਆ, ਉਹਨੂੰ ਉਚਾਰਦੇ ਨੇ ਨਾਲੇ ਗਾ ਰਹੇ ਨੇ। ਉਸ ਬੰਦੇ ਨੇ ਹੱਥ ਵਿੱਚ ਛੁਰੀ, ਟਕਵਾ, ਕੁਹਾੜੀ, ਜੋ ਕੁਝ ਕਤਲ ਕਰਨ ਦਾ ਉਹਦੇ ਕੋਲ ਔਜ਼ਾਰ ਸੀ, ਸ਼ਸਤਰ ਸੀ, ਉਹ ਤਿੱਖੇ ਕਰੀ ਬੈਠਾ। ਬਾਬਾ ਜੀ ਨੇ ਸ਼ਬਦ ਗਾਇਆ, ਬਸ ਸ਼ਬਦ ਸੁਣਨ ਦੀ ਦੇਰ ਸੀ। ਜਿਉਂ ਜਿਉਂ ਸ਼ਬਦ ਸੁਣੀ ਗਿਆ, ਉਹਦੇ ਹੱਥੋਂ ਲੋਹੇ ਦੇ ਸ਼ਸਤਰ ਵੀ ਡਿੱਗ ਪਏ। ਇੱਥੋਂ ਤੱਕ ਕਿ ਜਿਹੜਾ ਕੰਧ ਦੇ ਓਲੇ ਬੈਠਾ ਸੀ, ਸ਼ਬਦ ਸੁਣਦਿਆਂ ਸਾਰ ਹਜ਼ੂਰ ਦੇ ਨੇਤਰ ਬੰਦ ਨੇ ਤੇ ਉਹ ਸਤਿਗੁਰੂ ਦੇ ਚਰਨਾਂ ਚ ਆ ਕੇ ਬੈਠ ਗਿਆ। ਸ਼ਬਦ ਨੇ ਖਿੱਚ ਲਿਆ, ਕੀਰਤਨ ਨੇ ਆਪਣੇ ਵੱਲ ਖਿੱਚਿਆ। ਇਹ ਕਮਾਈ ਹੈ ਭਾਈ, ਚੁੰਬਕ ਹੋਵੇ ਮਿਕਣਾ ਤੀਸ, ਚੁੰਬਕ ਹੋਵੇ ਤੇ ਉਹ ਆਪਣੇ ਆਪ ਹੀ ਲੋਹੇ ਨੂੰ ਖਿੱਚ ਲੈਂਦਾ। ਲੋਹਾ ਮੈਲਾ ਹੋਵੇ ਭਾਵੇਂ, ਲੋਹਾ ਨਿਕੰਮਾ ਹੋਵੇ, ਪਰ ਚੁੰਬਕ ਆਪਣੇ ਵੱਲ ਉਹਨੂੰ ਖਿੱਚਦਾ ਹੈ। ਤੇ ਜਿੱਥੇ ਸਤਿਗੁਰੂ ਦੇ ਆਤਮਕ ਜੀਵਨ, ਸ਼ਬਦ, ਰੂਹਾਨੀਅਤ, ਬਾਣੀ ਦੇ ਵਿੱਚ ਮਿਕਣਾ ਤੀਸ ਹੈ, ਖਿੱਚ ਹੈ, ਤੇ ਭਾਈ ਉਹ ਪਾਪੀ ਤੋਂ ਪਾਪੀ ਲੋਹੇ ਨੂੰ ਵੀ ਆਪਣੇ ਵੱਲ ਖਿੱਚ ਲੈਂਦਾ ਹੈ। ਯਾਦ ਰੱਖੋ, ਉਹਦੀ ਖਿੱਚ ਹੈ। ਹਜ਼ੂਰ ਦੇ ਚਰਨਾਂ ਚ ਆ ਗਿਆ, ਉੱਥੇ ਫਿਰ ਸਤਿਗੁਰੂ ਨੇ ਇੱਕੋ ਗੱਲ ਕਹੀ, ਇਹਨੇ ਮੱਥਾ ਟੇਕਿਆ। ਮਹਾਰਾਜ ਜੀ ਨੇ ਪੁੱਛਿਆ ਸੀ ਨਾਮ ਦੱਸ ਵੀ ਇਹਨੇ ਦਿੱਤਾ ਸੱਜਣ। ਗੁਰੂ ਜੀ ਨੇ ਕਿਹਾ ਕਾਹਦਾ ਸੱਜਣ, ਤੈਨੂੰ ਲੋਕ ਸੱਜਣ ਕਹਿੰਦੇ ਨੇ, ਪਰ ਚੇਤੇ ਰੱਖੀ ਬਾਹਰੋਂ ਤੂੰ ਭੇਕ ਸੱਜਣਾ ਵਾਣਾ ਬਣਾਇਆ, ਅੰਦਰੋਂ ਤੂੰ ਠੱਗ ਹੈ। ਫਿਰ ਉੱਥੇ ਹਜ਼ੂਰ ਨੇ ਜਿਹੜੇ ਪ੍ਰਮਾਣ ਦਿੱਤੇ ਨੇ, ਦ੍ਰਿਸ਼ਟਾਂਤ ਦਿੱਤੇ ਨੇ, ਉਹ ਹਕੀਕਤ ਵਿੱਚ ਅੱਜ ਢੁੱਕਦੇ ਨੇ। ਗੱਲੀ ਸੋ ਸੱਜਣ ਵੀ, ਗੱਲਾਂ ਵਿੱਚ ਚਮਕ ਹੈ ਪਰ ਜੀਵਨ ਵਿੱਚ ਚਮਕ ਨਹੀਂ। ਸ਼ਬਦਾਂ ਦੇ ਵਿੱਚ ਨਿਰੰਤਰ ਰਵਾਨਗੀ ਹੈ ਪਰ ਜੀਵਨ ਵਿੱਚ ਰਵਾਨਗੀ ਨਹੀਂ। ਸ਼ਬਦ ਰੋਜ਼ ਨਿੱਤ ਨਵੇਂ ਤੋਂ ਨਵੇਂ ਨੇ, ਪਰ ਗੁਰੂ ਕੇ ਸਿੱਖੋ ਅੰਦਰ ਨੀਤ ਨਵੇਂ ਨਾਲ ਸਾਂਝ ਨਹੀਂ ਬਣੀ। ਉੱਥੇ ਹਜ਼ੂਰ ਨੇ ਜਿਹੜੇ ਪ੍ਰਮਾਣ ਦਿੱਤੇ ਤੇ ਬਿਲਕੁਲ ਸਾਧ ਮਰਾਦਾ ਸਾਡੇ ਘਰਾਂ ਵਿੱਚ ਜੇ ਅਸੀਂ ਵਰਤਨੇ ਆ, ਪਹਿਲਾਂ ਕਾਂਸੀ ਦੇ ਭਾਂਡੇ, ਕਹਿਣ ਦੇ ਭਾਂਡੇ ਘਰਾਂ ਚ ਵਰਤਦੇ ਸਨ, ਤੇ ਜਦੋਂ ਦੀਵਾਲੀ ਦੇ ਦਿਨ ਨੌੜੇ ਆਉਣੇ, ਅਕਸਰ ਪਿੰਡਾਂ ਵਿੱਚ ਬੀਬੀਆਂ ਉਹਨਾਂ ਬਰਤਨਾਂ ਨੂੰ ਕੱਢ ਕੇ ਮਾਂਜਦੀਆਂ ਸਨ। ਬਈ ਲੱਸੀ ਨਾਲ ਮਾਂਜਣਾ, ਰੇਤ ਨਾਲ ਮਾਂਜਣਾ, ਤੇ ਧੋ ਕੇ ਧੁੱਪੇ ਰੱਖਣੇ, ਤੇ ਕਹਿਣ ਦਾ ਭਾਂਡਾ ਚਮਕਦਾ ਬੜਾ, ਤੇ ਜਦੋਂ ਸੂਰਜ ਉਹਦੇ ਤੇ ਪੈਂਦਾ ਹੈ, ਉਹਦੀਆਂ ਕਿਰਨਾਂ ਪੈਂਦੀਆਂ ਨੇ, ਅੱਖਾਂ ਚੁੰਧਿਆ ਜਾਂਦੀਆਂ ਨੇ ਉਹਦੀ ਚਮਕ ਨਾਲ। ਪਰ ਹਜ਼ੂਰ ਕਹਿੰਦੇ ਨੇ ਦੇਖੀ, ਉਹਨਾਂ ਆਪਣਾ ਤਜਰਬਾ ਦੱਸਿਆ, ਕਹਿਣ ਲੱਗੇ ਸੱਜਣਾ ਮੈਂ ਕਹਿਣ ਦਾ ਭਾਂਡਾ ਲਿਆ, ਮੈਂ ਉੱਤਮ ਪੁਰਖ ਚ ਸ਼ਬਦ ਕਿਹਾ, ਕਹਿਣ ਦਾ ਬਰਤਨ ਲਿਆ, ਆਪਣੇ ਹੱਥਾਂ ਨਾਲ ਉਸ ਦੇ ਅੰਦਰ ਜਦੋਂ ਉਹਨੂੰ ਰਗੜਿਆ, ਹੱਥਾਂ ਨਾਲ ਮਲਿਆ, ਚਮਕ ਬੜੀ ਸੀ, ਪਰ ਜਦੋਂ ਰਗੜਨ ਤੋਂ ਬਾਅਦ ਉਂਗਲਾਂ ਦੇਖੀਆਂ ਤੇ ਸਾਰੀਆਂ ਕਾਲਖ ਨਾਲ ਭਰੀਆਂ ਹੋਈਆਂ ਸਨ। ਕਹਿਣ ਦਾ ਭਾਂਡਾ ਚਮਕਦਾ ਜ਼ਰੂਰ ਏ, ਪਰ ਜਦੋਂ ਉਹਦੇ ਨਾਲ ਵਾਹ ਪੈ ਜਾਏ ਤੇ ਜਿਹੜਾ ਵਾਹ ਪੈਂਦਾ, ਕਹਿਣ ਦਾ ਭਾਂਡਾ ਉਹਦੇ ਤਨ ਦੇ ਉੱਤੇ ਕਾਲਖ ਲਾ ਜਾਂਦਾ। ਸੱਜਣਾ, ਵਾਹ ਨੂੰ ਭੇਖ ਕਰਕੇ ਤੂੰ ਕੇਵਲ ਸੱਜਣ ਕਹਿ, ਪਰ ਜਿਨ੍ਹਾਂ ਦਾ ਤੇਰੇ ਨਾਲ ਵਾਹ ਪਿਆ, ਤੇਰੇ ਅੰਦਰ ਦੀ ਕਾਲਖ ਹੀ ਬਾਹਰ ਨਿਕਲੀ ਏ, ਬਾਹਰ ਦੀ ਚਮਕ ਅੰਦਰ ਦੀ ਚਮਕ ਨਹੀਂ। ਗੱਲਾਂ ਨਾਲ ਸੱਜਣ ਕਹਿ, ਹਜ਼ੂਰ ਦਾ ਸ਼ਬਦ ਕਹਿ, ਉੱਜਲ ਕਹਿਹਾਂ ਚਿਲਕਣਾ, ਗੱਲੀ ਸੋ ਸੱਜਣ ਵੀ, ਤੁਕ ਵੱਲ ਧਿਆਨ ਰੱਖਿਆ ਜੀ। ਉੱਜਲ ਕਹਿਹਾਂ ਚਿਲਕਣਾ, ਘੁੱਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ ਸੌ ਧੋਵਾਂ ਤਿਸ ਸੈਂਕੜੇ ਵਾਰੀ ਮੈਂ ਧੋਵਾਂ। ਕਹਿਣ ਲੱਗੇ ਤਾਂ ਵੀ ਉਹਦੀ ਕਾਲਖ ਨਹੀਂ ਜਾਣੀ। ਤੇ ਜਿਹੜਾ ਗੱਲਾਂ ਨਾਲ ਸੱਜਣ ਏ, ਅੰਦਰ ਦੀ ਕਾਲਖ ਭਾਈ ਬਾਹਰ ਦੀ ਚਮਕ ਨਾਲ ਨਹੀਂ। ਦੂਸਰਾ ਬਚਨ ਉਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ ਕਿ ਸੱਜਣ ਤਾਂ ਹੋਵੇ ਜਿਹੜਾ ਇੱਕ ਵਾਰੀ ਬਾਂਹ ਫੜ ਲੈ ਤੇ ਤਨ ਤਾਂ ਸਾਥ ਛੱਡ ਜਾਏ ਪਰ ਸੱਜਣ ਨਾ ਕਦੀ ਬਾਂਹ ਛੱਡੇ। ਇਹ ਅਸੀਂ ਅੱਗੇ ਵਾਚਾਂਗੇ ਬਾਣੀ ਵਿੱਚੋਂ
ਕਿਉਂਕਿ ਨਿਰਾਸ਼ਤਾ ਵਾਲਾ ਪੱਖ ਨਹੀਂ ਕੇਵਲ ਲੈਣਾ। ਹਜ਼ੂਰ ਨੇ ਉਹਦੇ ਚ ਬਚਨ ਕਿਹਾ, ਸੱਜਣ ਸ਼ੇਈ ਨਾਲ ਮੈਂ ਚੱਲਦਿਆਂ ਨਾਲ ਚਲਾਂ। ਸੱਜਣ ਤਾਂ ਉਹ ਜਿਹੜਾ ਮੇਰਾ ਨਾਲ ਚੱਲੇ, ਮੇਰੇ ਨਾਲ ਤੁਰੇ। ਜਦੋਂ ਪਰਮਾਤਮਾ ਦੀ ਦਰਗਾਹ ਵਿੱਚ ਜਾਵਾਂ ਤੇ ਮੇਰਾ ਸੱਜਣ ਮੇਰੇ ਤੋਂ ਪਹਿਲਾਂ ਮੇਰਾ ਵਕੀਲ ਬਣ ਕੇ ਖਲੋਤਾ ਹੋਵੇ, ਤਾਂ ਆਇਆ ਸਵਾਦ ਮਿੱਤਰਤਾਈ ਦਾ ਕਿ ਜਦੋਂ ਤੁਰ ਲੱਗੀਏ ਤੇ ਸੱਜਣ ਪਹਿਲਾਂ ਉੱਥੇ ਪਹੁੰਚਿਆ ਹੋਵੇ। ਸੱਜਣ ਸ਼ੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਐ ਤਿੱਥੇ ਖੜੇ ਦਿਸਣ, ਉੱਥੇ ਖਲੋਤੇ ਦਿਸਣ, ਗੱਲਾਂ ਵਾਲੇ ਸੱਜਣ ਨਾ ਹੋਣ। ਹਜ਼ੂਰ ਨੇ ਉਹਦੇ ਵਿੱਚ ਇਸ ਤੋਂ ਅਗਲਾ ਪ੍ਰਮਾਣ ਲਿਆ, ਕਹਿਣ ਲੱਗੇ, ਬੱਗਾਂ ਸਿਰ ਵਿੱਚੋਂ ਗੱਲੀ ਸੋ ਸੱਜਣ ਵੀ, ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਣ, ਬਗਲੇ ਦਾ ਰੰਗ ਸ਼ਵੇਤ ਹੈ, ਖੰਭ ਉਹਦੇ ਚਿੱਟੇ ਨੇ ਤੇ ਰਹਿੰਦਾ ਵੀ ਪਾਣੀ ਦੇ ਕਿਨਾਰੇ ਵੇ। ਇੱਥੋਂ ਤੱਕ ਕਿ ਜਿਤਨੇ ਤੀਰਥ ਨੇ ਉਹਨਾਂ ਦੇ ਉੱਪਰ ਤਕਰੀਬਨ ਜਦੋਂ ਦੇਖੀਏ ਤੇ ਕਈ ਵਾਰੀ ਬਗਲੇ ਬੈਠੇ ਦਿਸਦੇ ਨੇ, ਉਹ ਬਗਲੇ ਜਿਹੜੇ ਨੇ ਸਾਰੀ ਜ਼ਿੰਦਗੀ ਤੀਰਥ ਦੇ ਕਿਨਾਰੇ ਰਹਿ ਕੇ ਵੀ ਕਾਲੇ ਦੇ ਕਾਲੇ ਰਹਿ ਜਾਂਦੇ ਨੇ। ਸ਼ਾਇਦ ਇਹੀ ਕਾਰਨ, ਖਿਮਾ ਕਰਿਓ, ਧਰਮ ਅਸਥਾਨਾਂ ਦੇ ਉੱਪਰ ਬਹੁਤਾਤ ਵਿੱਚ ਕੇਵਲ ਚਿੱਟੇ ਕੱਪੜੇ ਰਹਿ ਗਏ ਨੇ, ਅੰਦਰ ਵਾਲਾ ਚਿੱਟਾਪਨ ਕਿਤੇ ਕਿਤੇ ਨਜ਼ਰ ਪੈਂਦਾ। ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਗੱਲੀ ਸੋ ਸੱਜਣ ਵੀ, ਬੱਗਾਂ ਬੱਗੇ ਕੱਪੜੇ ਗੱਲਾਂ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ, ਪਰ ਜੀਵਾਂ ਦਾ ਘਾਤ ਕਰਕੇ ਜੀਵ ਖਾਂਦੇ ਪਏ ਨੇ ਬਗਲੇ, ਤੇ ਬਗਲੇ ਦੇ ਚਿੱਟੇ ਖੰਭ ਹੀ ਨੇ, ਪਰ ਬਿਰਤੀ ਤਾਂ ਕੇਵਲ ਜੀਵ ਘਾਤ ਦੀ ਹੈ। ਇੱਕ ਇਹ ਨੇ ਸੱਜਣ ਜਿਹੜੇ ਗੱਲਾਂ ਵਾਲੇ ਨੇ, ਰੁਖਾਨੀਅਤ ਦੇ ਨਾਂ, ਪਰਮਾਰਥ ਦੇ ਨਾਂ, ਸਿਮਰਨ ਦੇ ਨਾਂ, ਖਿਮਾ ਕਰਿਓ, ਧਰਮ ਦੇ ਨਾਂ ਤੇ ਦੁਕਾਨਾਂ ਖੋਲ ਕੇ ਦੁਨੀਆਂ ਨੂੰ ਠੱਗਿਆ ਜਾ ਰਿਹਾ ਹੈ, ਪਰ ਅੰਦਰੂਨੀ ਬਾਂਹ ਪਕੜਨ ਵਾਲਾ ਬਾਬਾ ਫਰੀਦ ਕਹਿੰਦੇ ਨੇ ਕੋਈ ਨਜ਼ਰ ਨਹੀਂ ਆ ਰਿਹਾ, ਗੱਲਾਂ ਵਾਲੇ ਨੇ। ਫਿਰ ਨਿਰਾਸ਼ਤਾ ਪੱਲੇ ਪੈਂਦੀ ਹੈ, ਕਿਉਂਕਿ ਜੋ ਕੁਝ ਅਸੀਂ ਦੇਖਦੇ ਹਾਂ ਉਹ ਅਸਲੀਅਤ ਵਿੱਚ ਨਾ ਹੋਵੇ ਤੇ ਲੋਕਾਂ ਦੇ ਭਰੋਸੇ ਬਹੁਤ ਤਿੜਕਦੇ। ਜੇ ਇੱਥੇ ਇਹ ਵੀ ਅਰਜ਼ ਕਰਦੇ ਹਾਂ, ਵਾਹਿਗੁਰੂ ਸਮਤ ਬਖਸ਼ੇ, ਉਹਨੇ ਲੋਕ ਕੁਕਰਮੀਆਂ ਨੂੰ ਦੇਖ ਕੇ ਕੁਕਰਮੀ ਨਹੀਂ ਬਣਦੇ, ਜਿਨੇ ਧਰਮ ਦਾ ਬੁਰਕਾ ਪਾ ਕੇ ਕੁਕਰਮ ਵਾਲੇ ਕਰਨ ਵਾਲਿਆਂ ਨੂੰ ਦੇਖ ਕੇ ਲੋਕ ਕੁਕਰਮੀ ਬਣ ਜਾਂਦੇ, ਕੁਕਰਮੀਆਂ ਨੂੰ ਦੇਖ ਕੇ ਉਤਨੇ ਨਹੀਂ। ਬੜੇ ਸੋਹਣੇ ਬਚਨ ਸਨ। ਇਸਲਾਮ ਦੀ ਵੈਸੇ ਘਟਨਾ ਹੈ ਕਿ ਕੋਈ ਪਰਹੇਜ਼ਗਾਰ ਤੁਰਿਆ ਆ ਰਿਹਾ ਸੀ, ਸ਼ਰ੍ਹਾ ਦਾ ਬੜਾ ਪਾਬੰਦ, ਤੇ ਉਹਨੇ ਰਸਤੇ ਵਿੱਚ ਆਉਂਦੇ ਕਿਸੇ ਨੂੰ ਇਹੀ ਸ਼ਬਦ ਕਹੇ ਸਨ ਕਿ ਸੰਭਲ ਕੇ ਤੁਰੀ, ਤੂੰ ਬੇਧਿਆਨਾ ਤੁਰਿਆ ਉਹਨੇ, ਕਿਤੇ ਤਿਲਕ ਨਾ ਜਾਈ, ਜੇ ਤਿਲਕ ਗਿਆ ਤੇਰੇ ਗਿੱਟੇ ਗੋਡੇ ਲੱਤ ਟੁੱਟ ਜਾਏਗੀ। ਉਹਨੇ ਸੁਬੈਕਨ ਕਿਹਾ ਸੀ ਤੂੰ ਵੀ ਸੰਭਲ ਕੇ ਤੁਰੀ, ਮੈਂ ਡਿੱਗਾਂਗਾ ਤੇ ਲੱਤ ਕੱਲੀ ਮੇਰੀ ਨਿੱਜ ਦੀ ਟੁੱਟਣੀ ਏ, ਪਰ ਜੋ ਤੂੰ ਤਿਲਕ ਕੇ ਡਿੱਗ ਪਿਆ ਤੇ ਸਾਰੀ ਕੌਮ ਡਿੱਗ ਸਕਦੀ ਹੈ। ਦੇਖੀ, ਸੁਚੇਤ ਰਹੋ, ਗੱਲੀ ਸੋ ਸੱਜਣ ਵੀ। ਭਾਈ ਗੁਰਦਾਸ ਜੀ ਸਿੱਖੀ ਦੇ ਮਹਾਨ ਵਿਆਖਿਆਕਾਰ, ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ, ਖੰਡਾਇਆ, ਗੁਰੂ ਪਿਆਰ ਮਾਣਿਆ, ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਇੱਕ ਬਚਨ ਕਿਹਾ ਜਿਹੜਾ ਅੱਜ ਅਸੀਂ ਪੜ੍ਹ ਰਹੇ ਹਾਂ। ਗੱਲਾਂ ਹੈਨ ਪਰ ਜੀਵਨ ਨਹੀਂ, ਸ਼ਬਦ ਹੈਨ ਪਰ ਉਹਨਾਂ ਸ਼ਬਦਾਂ ਦੇ ਥੱਲੇ ਵਾਲਾ ਆਨੰਦ ਨਹੀਂ। ਗੁਰੂ ਅਰਜੁਨ ਸਾਹਿਬ ਦੇ ਵੇਲੇ ਇਹੀ ਘਟਨਾ ਵਾਪਰੀ ਸੀ ਕਿ ਪਿਰਥੀਏ ਨੇ ਆਪਣਾ ਪ੍ਰਭਾਵ ਸਿੱਖ ਸੰਗਤ ਤੇ ਨਹੀਂ ਸੀ ਪਾਇਆ। ਤੁਸੀਂ ਦੇਖੋ ਕਿੰਨਾ ਕੁ ਪ੍ਰਭਾਵ ਇਸ ਬੰਦੇ ਦਾ ਪੈ ਗਿਆ ਹੋਵੇਗਾ ਕਿ ਧੰਨ ਗੁਰੂ ਅਰਜੁਨ ਦੇਵ ਜੀ ਦੇ ਲੰਗਰ ਮਸਤਾਨੇ ਕਰ ਦਿੱਤੇ ਉਸ ਬੰਦੇ ਨੇ। ਪ੍ਰਭਾਵ ਹੈ ਨਾ, ਉਹਨੇ ਪੈਸਾ ਰਸਤ ਸਭ ਕੁਝ ਆਪਣੇ ਘਰ ਪਾਇਆ, ਜੇ ਕੋਈ ਮੰਨਦਾ ਤੇ ਤਾਂ ਸੀ। ਉਸ ਵੇਲੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ ਸੀ, ਉਹ ਕਹਿੰਦੇ ਨੇ ਇਸ ਦੀਆਂ ਗੱਲਾਂ ਚ ਨਾ ਆਇਓ, ਹਕੀਕਤ ਵਿੱਚ ਜੋ ਇਹ ਗੱਲਾਂ ਕਰਦਾ ਇਹਦੇ ਅੰਦਰ ਉਹ ਕੁਛ ਨਹੀਂ, ਇਹ ਗੱਲਾਂ ਕੁਛ ਕਰ ਰਿਹਾ, ਜੀਵਨ ਕੁਛ ਹੈ। ਗੱਲੀ ਸੋ ਸੱਜਣ ਵੀ, ਉਹਨਾਂ ਨੇ ਆਪਣੀ ਵਾਰ ਦੀ ਪੌੜੀ ਵਿੱਚ ਤਿੰਨ ਚਾਰ ਪ੍ਰਮਾਣ ਦਿੱਤੇ ਜੋ ਹਕੀਕਤ ਵਿੱਚ ਦਿਸੇ ਕੁਛ, ਅਸਲੀਅਤ ਕੁਛ ਹੋਵੇ, ਨਜ਼ਰ ਕੁਛ ਪਏ। ਉਹਨਾਂ ਨੇ ਪਹਿਲਾ ਪ੍ਰਮਾਣ ਦਿੱਤਾ ਹਰ ਚੰਦੌਰੀ ਦਾ, ਹਰੀਚੰਦ ਰਾਜੇ ਦੀ ਨਗਰੀ। ਪਰ ਇਹ ਬੜੀ ਵਿਸਤਾਰ ਵਾਲੀ ਸਾਖੀ ਇਹ ਗਾਥਾ ਪੁਰਾਣਕ ਵੀ ਉਹਦੀ ਨਗਰੀ ਕਿਵੇਂ ਮੈਂ
ਇਧਰ ਨਾ ਤੁਰਾਂ। ਸਿਰਫ ਇਹ ਕਿਹਾ ਜਾਂਦਾ ਵੀ ਹਰੀਸ਼ ਚੰਦਰ ਰਾਜਾ ਆਪਣੇ ਪੁੱਤਰ ਰੋਹਿਤ ਨੂੰ ਰਾਜ ਤਿਲਕ ਦੇ ਕੇ ਜਦੋਂ ਚੰਡਾਲ ਕੋਲੋਂ ਵਿਕਿਆ, ਉਹਨੇ ਬੱਚੇ ਦੇ ਖੱਪਣ ਵਾਸਤੇ ਜੋ ਕੁਝ ਉਹਨੇ ਕੀਤਾ, ਜਦੋਂ ਇਹ ਸਵਰਗ ਨੂੰ ਜਾ ਰਿਹਾ ਸੀ ਤੇ ਰਸਤੇ ਵਿਚ ਇਹਨੇ ਕੋਈ ਭੁੱਲ ਕਰ ਲਈ ਤੇ ਸਵਰਗ ਵਿਚ ਜਾਂਦੇ ਹੋਏ ਦੀ ਨਗਰੀ ਜਿਹੜੀ ਏ ਉਹ ਸੱਟ ਦਿੱਤੀ ਗਈ ਤੇ ਇਹਨੇ ਫਿਰ ਭੁੱਲ ਦੀ ਖਿਮਾ ਮੰਗੀ। ਖਿਮਾ ਤਾਂ ਕਰ ਦਿੱਤਾ, ਉਹ ਧਰਤੀ ਤੇ ਸੱਟਣ ਦੀ ਥਾਂ ਤੇ ਉਹਦੀ ਨਗਰੀ ਅਸਪੇਸ ਵਿਚ ਹੀ ਤੁਰੀ ਫਿਰਦੀ। ਸਿਰਫ ਇਹ ਘਟਨਾ ਹੈ ਪਰ ਬਾਣੀ ਵਿਚ ਇਹਨੂੰ ਮਿਥ ਮੰਨਿਆ, ਝੂਠ ਮੰਨਿਆ, ਖੈ ਨਹੀਂ ਭੁਲੇਖਾ ਪਾਇਆ ਗਿਆ। ਤੇ ਕਈ ਵਾਰੀ ਤੁਸੀਂ ਦੇਖਦੇ ਹੋ ਸਿਆਲ ਦੇ ਦਿਨਾਂ ਵਿਚ ਜਦੋਂ ਧੁੰਦ ਪੈਂਦੀ ਏ ਜਾਂ ਬੱਦਲ ਬਣਦੇ ਨੇ ਤੇ ਅਸਮਾਨ ਵੱਲ ਤੱਕੀਏ ਤੇ ਕਈ ਵਾਰੀ ਮਹਲ ਨਜ਼ਰ ਆਉਂਦੇ ਨੇ, ਖਾਤੀ ਘੋੜਿਆਂ ਦੀਆਂ ਤਸਵੀਰਾਂ ਦਿਸਦੀਆਂ ਨੇ ਬੱਦਲਾਂ ਵਿਚੋਂ, ਧੁੰਦ ਵਿਚੋਂ, ਪਰ ਅਸਲੀਅਤ ਵਿਚ ਨਾ ਉਹ ਘਰ ਏ ਨਾ ਉਹ ਹਕੀਕਤ ਵਿਚ ਕੋਈ ਖਾਤੀ ਘੋੜੇ ਨੇ। ਭਾਈ ਗੁਰਦਾਸ ਕਹਿਣ ਲੱਗੇ ਹਰੀਸ਼ ਚੰਦਰ ਹਰੀ ਚੰਦ ਦੀ ਨਗਰੀ ਅੱਖਾਂ ਨੂੰ ਭੁਲੇਖਾ ਪਾਉਂਦੀ ਏ, ਪਰ ਦੁਨੀਆਂ ਦੇ ਲੋਕੋ ਅੱਜ ਤੱਕ ਕਿਸੇ ਉਸ ਮਹੱਲ ਵਿਚ ਰਹਿ ਕੇ ਰਾਤ ਕੱਟੀ? ਹਰੀਚੰਦ ਦੀ ਨਗਰੀ ਦੇ ਹਾਥੀ ਘੋੜਿਆਂ ਦਾ ਭੁਲੇਖਾ ਪੈਂਦਾ ਹੈ ਪਰ ਕਦੀ ਕਿਸੇ ਨੇ ਅਸਵਾਰੀ ਕੀਤੀ? ਜੋ ਕੁਝ ਅੱਖਾਂ ਨਾਲ ਦਿਸਦਾ ਪਿਆ ਉਹ ਹਕੀਕਤ ਵਿਚ ਅਸਲੀਅਤ ਵਿਚ ਨਹੀਂ। ਅਸਲੀਅਤ ਦੇ ਨੇੜੇ ਜਾਓਗੇ ਤਾਂ ਕੇਵਲ ਨਿਰਾਸ਼ਤਾ ਪੱਲੇ ਪੈ ਕੇ ਹਰੀਚੰਦ ਦੀ ਨਗਰੀ ਦੀ ਤਰ੍ਹਾਂ। ਕਹਿਣ ਲੱਗੇ ਗੱਲਾਂ ਵਾਲੇ ਸੱਜਣ ਭੁਲੇਖੇ ਜ਼ਰੂਰ ਪਾਉਂਦੇ ਨੇ ਮਹੱਲ ਦਾ ਪਰ ਕਦੀ ਕਿਸੇ ਨੂੰ ਅੰਦਰ ਦਾ ਟਿਕਾ ਨਹੀਂ ਦੇ ਸਕੇ। ਦੂਸਰਾ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਗਰਮੀ ਦੇ ਦਿਨ ਨੇ, ਰੇਤ ਚਮਕਦੀ ਏ ਤੇ ਦੂਰੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਪਾਣੀ ਦੀਆਂ ਛੱਲਾਂ ਸਾਡੇ ਵੱਲ ਆ ਰਹੀਆਂ, ਪਾਣੀ ਸਾਡੇ ਵੱਲ ਵਧਿਆ ਆ ਰਿਹਾ, ਆ ਸੜਕ ਤੇ ਵੀ ਨਜ਼ਰ ਆਉਂਦਾ ਤੇ ਅਸਲ ਵਿੱਚ ਉਹ ਪਾਣੀ ਹੈ ਨਹੀਂ। ਬੰਦਾ ਸਮਝ ਜਾਂਦਾ ਹੈ ਪਰ ਇੱਕ ਜੀਵ ਐਸਾ ਜਿਹੜਾ ਸਮਝਦਾ ਨਹੀਂ, ਜਿਹਨੂੰ ਹਜ਼ੂਰ ਨੇ ਮਿਰਗ ਕਿਹਾ, ਮਿਰਗ ਤ੍ਰਿਸ਼ਨਾ ਵੀ ਇਹਨੂੰ ਆਪਾਂ ਕਹਿੰਦੇ। ਮਿਰਗ ਦੇਖਦਾ ਵੀ ਰੇਤ ਚਮਕਦੀ ਏ, ਪਾਣੀ ਦੀਆਂ ਛੱਲਾਂ ਮੇਰੇ ਵੱਲ ਆ ਰਹੀਆਂ ਨੇ, ਪਿਆਸ ਦਾ ਮਾਰਾ ਵਿਚਾਰਾ ਉਸ ਅੱਗ ਤੇ ਭਰੋਸਾ ਕਰਕੇ, ਉਸ ਜ਼ਮੀਨ ਤੋਂ ਨਿਕਲਦੀ ਹੋਈ ਲਪਟਾਂ ਤੇ ਭਰੋਸਾ ਕਰਕੇ ਪਾਣੀ ਸਮਝ ਕੇ ਉਹਦੇ ਵੱਲ ਦੌੜਦਾ। ਸਾਰਾ ਸਾਰਾ ਦਿਨ ਉਹਦੀਆਂ ਅੱਖਾਂ ਭੁਲੇਖੇ ਵਿੱਚ ਉਹਨੂੰ ਦੌੜਾਈ ਜਾਂਦੀਆਂ ਨੇ ਪਰ ਪਾਣੀ ਦੀ ਬੂੰਦ ਵੀ ਨਸੀਬ ਨਹੀਂ ਹੁੰਦੀ। ਜਿੱਥੇ ਜਾਂਦਾ ਝਲਕ ਉਸ ਤੋਂ ਅੱਗੇ ਹੋ ਜਾਂਦੀ ਏ, ਅਖੀਰ ਤੇ ਗਰਮੀ ਵਿੱਚ ਤੜਪ ਤੜਪ ਕੇ ਪ੍ਰਾਣ ਤਿਆਗ ਜਾਂਦਾ ਹੈ। ਪਰ ਜੋ ਦੀਆਂ ਅੱਖਾਂ ਨੇ ਦੇਖਿਆ ਅਸਲੀਅਤ ਵਿੱਚ ਤੇ ਨਹੀਂ। ਸੱਚੇ ਭਾਈ ਜਗਿਆਸੂ ਇੱਕ ਪਿਆਸ ਲੈ ਕੇ ਤੁਰਦਾ ਹੈ ਕਿ ਮੇਰੇ ਅੰਦਰ ਦੀ ਤ੍ਰਿਪਤੀ ਕਿਤੇ ਖੋ ਜਾਏ, ਤੇ ਕੁਝ ਲੋਕ ਮਿਰਗ ਤ੍ਰਿਸ਼ਨਾ ਦੀ ਤਰ੍ਹਾਂ ਭੁਲੇਖਾ ਪਾਉਂਦੇ ਨੇ ਨਾਮ ਦਾ, ਰੂਹਾਨੀਅਤ ਦਾ, ਤੇ ਜਗਿਆਸੂ ਜਿੰਨਾ ਉਹਨਾਂ ਵੱਲ ਦੌੜਦਾ ਉਹਨੇ ਅੰਦਰ ਦੀ ਤ੍ਰਿਪਤੀ ਨਹੀਂ ਹੁੰਦੀ। ਅਖੀਰ ਤੇ ਹੁੰਦਾ ਕਿ ਇਹ ਬੰਦੇ ਦੇ ਪ੍ਰਾਣ ਤਾਂ ਨਿਕਲ ਜਾਂਦੇ ਨੇ ਪਰ ਪਖੰਡੀ ਬੰਦੇ ਕਿਸੇ ਦੇ ਅੰਦਰ ਦੀ ਪਿਆਸ ਨਹੀਂ ਬੁਝਾ ਸਕਦੇ। ਭਾਈ ਸਾਹਿਬ ਨੇ ਤੀਸਰਾ ਬਚਨ ਕਿਹਾ, ਮੈਂ ਇਸ ਕਰਕੇ ਉਹਨਾਂ ਦਾ ਬਚਨ ਲਿਆ ਕਿਉਂਕਿ ਉਹਨਾਂ ਨੇ ਵੀ ਗੱਲਾਂ ਵਾਲੇ ਸੱਜਣ ਦੀ ਵਿਆਖਿਆ ਕੀਤੀ। ਇਹਦੇ ਚ ਸੁਪਨਾ ਆਉਂਦਾ ਹੈ, ਆਦਮੀ ਰਾਜ ਭਾਗ ਦਾ ਮਾਲਕ ਬਣ ਗਿਆ, ਨੌਕਰ ਚਾਕਰ ਕੋਲ ਨੇ, ਹਕੂਮਤ ਕਰਦਾ ਪਿਆ, ਪਰ ਜਦੋਂ ਸਵੇਰੇ ਉੱਠਦਾ ਹੈ ਉਸੇ ਗਰੀਬ ਕੱਖਾਂ ਦੀ ਕੁੱਲੀ ਵਿੱਚ ਉੱਠਦਾ ਹੈ, ਕਰਜ਼ਦਾਰ ਉਹੀ ਦਿਹਾੜੀ ਕਰਨ ਤੁਰ ਪੈਂਦਾ। ਜੋ ਕੁਝ ਉਹਨੇ ਰਾਤ ਸੁਪਨੇ ਵਿੱਚ ਦੇਖਿਆ ਦਿਨੇ ਹਕੀਕਤ ਵਿੱਚ ਉਹਦੇ ਪੱਲੇ ਕੁਛ ਵੀ ਨਹੀਂ ਪਿਆ। ਸੁਪਨੇ ਵਿੱਚ ਰਾਜ ਹੈ ਪਰ ਹਕੀਕਤ ਵਿੱਚ ਰਾਜ ਹੈ ਨਹੀਂ। ਅਸੀਂ ਰੁੱਖ ਥੱਲੇ ਬੈਠਨੇ ਆ, ਇਹਦੀ ਛਾਂ ਸਾਨੂੰ ਬੜਾ ਸਕੂਨ ਦਿੰਦੀ ਏ, ਪਰ ਦੇਖੋ ਜੋ ਕੁਝ ਹੈ ਟਿਕਦੀ ਇਹ ਵੀ ਨਹੀਂ। ਜਦੋਂ ਦਿਨ ਚੜ੍ਹਦਾ ਤੇ ਇਹ ਹੋਰ ਪਾਸੇ ਹੁੰਦੀ ਏ, ਇਹ ਲਹਿੰਦੇ ਵਾਲੇ ਪਾਸੇ ਵੇ, ਤੇ ਜਦੋਂ ਸ਼ਾਮ ਪੈਂਦੀ ਏ ਤੇ ਇਹੀ ਪਰਛਾਵਾਂ ਇਹੀ ਛਾਂ ਚੜ੍ਹਦੇ ਨੂੰ ਖੋ ਜਾਂਦੀ ਏ। ਕਹਿਣ ਲੱਗੇ ਜਿਵੇਂ ਛਾਂ ਅੱਖਾਂ ਨੂੰ ਭੁਲੇਖਾ ਪਾਉਂਦੀ ਏ ਥਿਰ ਰਹੇਗੀ? ਨਹੀਂ ਭਾਈ, ਤੇਰੇ ਦੇਖਦਿਆਂ ਦੇਖਦਿਆਂ ਤੇਰੇ ਸਿਰ ਤੋਂ ਛਾਂ ਨੇ ਖਿਸਕ ਜਾਣਾ ਹੈ, ਜੋ ਕੁਝ ਦਿਸ ਰਿਹਾ ਇਹਨੇ ਟਿਕਣਾ ਨਹੀਂ। ਅਗਲਾ ਬਚਨ ਭਾਈ ਸਾਹਿਬ ਨੇ ਅੰਤ ਕਿਹਾ, ਕਹਿਣ ਲੱਗੇ ਕਦੀ ਬਾਜ਼ੀਗਰ ਨੂੰ ਦੇਖੋ ਤੇ ਸਾਰੀ ਪੌੜੀ ਦਾ ਤੱਤ ਪਾਵੇ ਵੇ ਕਿ ਜੋ ਕੁਝ ਬੰਦਾ ਦੇਖਦਾ ਵੇਖਣ ਨੂੰ ਭੁਲੇਖਾ ਹੈ ਪਰ ਹਕੀਕਤ ਵਿੱਚ ਕੁਛ ਵੀ ਨਹੀਂ, ਸੱਚਾਈ ਕੁਛ ਨਹੀਂ, ਜੋ ਦੇਖ ਰਿਹਾ ਉਹ ਸੱਚਾਈ ਨਹੀਂ।
ਉਹਨਾਂ ਕਿਹਾ ਕਦੀ ਬਾਜ਼ੀਗਰ ਨੂੰ ਮਦਾਰੀ ਵਾਲੇ ਨੂੰ ਦੇਖੋ, ਚੁਰਸਤੇ ਚ ਖਲੋਂਦਾ ਤੇ ਉਹ ਬਾਜ਼ੀ ਪਾਉਂਦਾ, ਮਦਾਰੀ ਦਾ ਖੇਲ ਰਚਾਉਂਦਾ ਤੇ ਕਰਦਾ ਕੀ ਉਹ ਆਪਣੇ ਕੋਲੋਂ ਬਸਤਰ ਕੀਮਤੀ ਕੱਢ ਕੇ ਦਿਖਾਉਂਦਾ ਲੋਕਾਂ ਨੂੰ। ਪੰਜਾਬ ਵਿੱਚ ਤਾਂ ਕਈ ਵਾਰੀ ਉਹ ਲੋਕਾਂ ਦੇ ਕੰਨ ਵਿੱਚੋਂ ਸਿੱਕਿਆਂ ਦੀ ਝੜੀ ਲਾ ਦਿੰਦਾ, ਕਦੀ ਉਹ ਟਰਾਂਜਿਸਟਰ ਰੇਡੀਓ ਕੱਢ ਕੇ ਗਾਣੇ ਚਲਾ ਦੇਣੇ, ਚਮਕ ਦੇ ਬਰਤਨ ਦਿਖਾਣੇ, ਤੇ ਜਦੋਂ ਸਾਰੀ ਖੇਡ ਮੁੱਕ ਜਾਣੀ ਤੇ ਇੱਕ ਗੱਲ ਕਹਿੰਦਾ ਸੀ ਕਿ ਮੈਂ ਤੁਹਾਨੂੰ ਖੇਲ ਦਿਖਾਈਏ, ਮੈਨੂੰ ਟਕਾ 54-98 ਰੁਪਈਆ ਜ਼ਰੂਰ ਦੇ ਕੇ ਜਾਇਓ, ਜੇ ਕਹੀਓ ਤੇਰੇ ਕੋਲ ਇੰਨੀ ਤਾਕਤ ਤੇਰੇ ਹੱਥਾਂ ਵਿੱਚ ਝੜੀ ਲੱਗ ਜਾਂਦੀ ਹੈ ਮੋਹਰਾਂ ਦੀ, ਤੂੰ ਸਿੱਕਿਆਂ ਦੀ ਝੜੀ ਲਾ ਦੇਣਾ ਤੇ ਮੰਗਤਾਂ ਕਿਉਂ ਬਣ ਗਏ। ਉਹ ਕਹਿੰਦਾ ਸਿਰਫ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਇਆ, ਹਕੀਕਤ ਵਿੱਚ ਬਾਕੀ ਕੁਛ ਵੀ ਨਹੀਂ, ਇਹ ਤਾਂ ਮੈਂ ਸਿਰਫ ਇੱਕ ਖੇਡ ਅਡੰਬਰ ਰਚੀ ਬੈਠਾ ਵਾਂ, ਜੇ ਹਕੀਕਤ ਹੋਵੇ ਤੇ ਮੈਂ ਚੁਰਸਤੇ ਤੇ ਖਲੋ ਕੇ ਮੰਗਾਂ ਕਿਉਂ, ਹਕੀਕਤ ਨਹੀਂ ਉਹ। ਭਾਈ ਸਾਹਿਬ ਦੇ ਸ਼ਬਦ ਨੇ ਪੌੜੀ ਏ, ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਗੱਲੀ ਸੋ ਸੱਜਣ ਵੀ, ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾਂ, ਸੁਪਨੇ ਰਾਜ ਕਮਾਈਐ ਕਰ ਭੋਗ ਬਿਲਾਸਾਂ, ਛਾਇਆ ਬਿਰਖ ਨਾ ਰਹਿ ਥਿਰ ਪੁਜੈ ਕਿਉਂ ਆਸਾਂ। ਅਗਲਾ ਬਚਨ ਉਹਨਾਂ ਕੀਤਾ ਕਿ ਬਾਜ਼ੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ, ਰਲੇ ਜੋ ਸੰਗਤ ਮੀਣਿਆ ਉੱਠ ਚੱਲੇ ਨਿਰਾਸਾਂ, ਜਿਹੜਾ ਗੱਲਾਂ ਵਾਲੇ ਦੇ ਨਾਲ ਮਿਲੇਗਾ ਅਖੀਰ ਤੇ ਉਸ ਦੇ ਪੱਲੇ ਨਿਰਾਸ਼ਤਾ ਪਏਗੀ, ਸੱਚ ਨਹੀਂ ਉਹਦੇ ਕੋਲ। ਹਜ਼ੂਰ ਨੇ ਬਾਣੀ ਚ ਕਿਹਾ ਦੁਨੀਆਂ ਵਿੱਚ ਉਹ ਸੱਜਣ ਜਿਹੜੇ ਸਿਰਫ ਚਾਨਣ ਨੂੰ ਦੇਖ ਕੇ ਸੁੱਖ ਨੂੰ ਦੇਖ ਕੇ ਨੇੜੇ ਲੱਗਦੇ ਨੇ, ਪਰ ਹਕੀਕਤ ਵਿੱਚ ਉਹ ਸੱਜਣ ਖੈਰ ਨੇ। ਬਾਬਾ ਫਰੀਦ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਕਹੇ ਸਨ, ਅਸੀਂ ਉਹਨਾਂ ਦੇ ਬਚਨ ਵਿਚਾਰ ਕੇ ਵੀ ਆਏ ਹਾਂ ਕਿ ਫਰੀਦਾ ਜੇ ਮੈਂ ਖੁੰਦਾ ਵਾਰਿਆ ਮਿੱਤਾਂ ਆਇੜਿਆ, ਖੇੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾਂ। ਜਿਹਨੂੰ ਮਿੱਤਰ ਕਹਿ ਦਿੱਤਾ ਉਹ ਤੋਂ ਲੁਕਾਣੇ ਕੀ, ਪਰ ਇੱਥੇ ਦੁਨੀਆਂ ਮਿੱਤਰ ਵੀ ਬਣਦੀ ਏ, ਸੱਜਣ ਵੀ ਬਣਦੀ ਏ, ਪਰ ਅੰਦਰ ਦੀ ਮੈਲ ਕੋਈ ਨਹੀਂ ਸਾਫ਼ ਕਰਦਾ, ਪਰ ਬੀਜ ਨਾਸ ਨਹੀਂ। ਕਬੀਰ ਸਾਹਿਬ ਨੇ ਸ਼ਬਦ ਕਹੇ ਸਨ, ਐਵੇਂ ਦਾਵਾ ਝੂਠਾ ਕਰਕੇ ਨਾ ਕਹੇ ਇੰਨੇ ਮੇਰੇ ਸੱਜਣ ਨੇ ਇੰਨੇ ਮੇਰੇ ਮਿੱਤਰ ਨੇ। ਕਹਿਣ ਲੱਗੇ ਮੇਰੇ ਤਜਰਬੇ ਤੋਂ ਕੋਈ ਸਿੱਖ, ਮੈਂ ਮੋਢੇ ਤੇ ਢੋਲ ਰੱਖ ਕੇ ਹਰ ਗਲੀ ਮਹੱਲੇ ਕੂਚੇ ਬਾਜ਼ਾਰ ਚ ਵਜਾਇਆ ਤੇ ਪੁੱਛਿਆ ਉਹ ਭਲਿਓ ਇੱਥੇ ਦੁਨੀਆਂ ਵਿੱਚ ਕੋਈ ਕਿਸੇ ਦਾ ਸੱਜਣ ਹੈ? ਕਹਿੰਦੇ ਨੇ ਇੱਕੋ ਆਵਾਜ਼ ਮਿਲੀ, ਅੰਦਰੋਂ ਸੱਜਣ ਕੋਈ ਵੀ ਨਹੀਂ, ਸਭ ਸੁੱਖ ਦੇ ਸਾਥੀ ਨੇ। ਉਹਨਾਂ ਦਾ ਬਚਨ ਹੈ ਕਬੀਰ, ਸਭ ਜੱਗ ਹੋਂ ਫਿਰਿਓ ਮੰਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ। ਹਰ ਇੱਕ ਨੂੰ ਠੋਕ ਕੇ ਟਣਕਾ ਕੇ ਵੇਖ ਲਿਆ, ਇੱਥੇ ਦੁਨੀਆਂ ਵਿੱਚ ਕੋਈ ਵੀ ਕਿਸੇ ਦਾ ਨਹੀਂ। ਇੱਕ ਇਹ ਪਾਖੇ ਸਿਰਫ ਮੈਂ ਸੰਖੇਪ ਜੀ ਬੇਨਤੀ ਕੀਤੀ, ਜਿਨ੍ਹਾਂ ਨੂੰ ਆਪਾਂ ਸੱਜਣ ਕਹਿੰਦੇ ਹਾਂ ਮਿੱਤਰ ਕਹਿੰਦੇ ਹਾਂ, ਅਸਲੀਅਤ ਵਿੱਚ ਉਹ ਨਾਲ ਨਿਭਣ ਵਾਲੇ ਨਹੀਂ। ਇਸੇ ਨੂੰ ਗੁਰੂ ਨੇ ਕਿਹਾ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉਂ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ। ਸੁੱਖ ਕਰਕੇ ਨੇ ਪੁੱਤਰ ਇਸਤਰੀ ਮਿੱਤਰ, ਮਹਾਰਾਜ ਕਹਿਣ ਲੱਗੇ ਕਿ ਇਹ ਸੁੱਖ ਕਰਕੇ ਨੇੜੇ ਟੁੱਕਦੇ ਪਏ ਨੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ, ਕਾਹਦੇ ਲਈ ਖਿੱਤ ਸਿਉ ਬੰਧਿਓ ਚੀਤ, ਅੰਤਕਾਲ ਸੰਗੀ ਨੇ ਕੋਊ ਇਹ ਅਚਰਜ ਕਹਿ ਰੀਤ, ਮਨ ਮੂਰਖ ਅਜ ਕੂਨੈ ਸਮਝਤ ਸਿੱਖ ਦੈ ਹਾਰਿਓ ਨੀਤ, ਨਾਨਕ ਭਵਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਖੇਤ। ਕਹਿੰਦੇ ਨੇ ਨਹੀਂ, ਇਹ ਆਪਣੇ ਨਹੀਂ ਧੋਖਾ ਦੇ ਸਕਦੇ ਨੇ, ਪਰ ਕਈ ਵਾਰੀ ਜਿਸ ਨੂੰ ਪਿਆਰ ਕਰੀਏ ਨਾ ਦਿਲੋਂ, ਉਹ ਧੋਖਾ ਦੇ ਜਾਏ ਜਰਨਾ ਬੜਾ ਮੁਸ਼ਕਲ ਹੋ ਜਾਂਦਾ। ਜੇ ਮਿੱਤਰ ਮਾਰ ਕਰਨੀ ਬਹੁਤ ਵੱਡਾ ਗੁਨਾਹ ਹੈ, ਉਹ ਕਿਸੇ ਪੱਖ ਤੋਂ ਵੀ ਹੋਵੇ। ਸੂਫੀਆਂ ਵਿੱਚ ਇਹ ਆਪ ਨੂੰ ਪਤਾ ਹੈ, ਮਨਸੂਰ ਨੂੰ ਸੂਲੀ ਚਾੜਿਆ ਗਿਆ, ਉਹ ਬੰਦਾ ਬਿਲਕੁਲ ਘਬਰਾਇਆ ਨਹੀਂ, ਇੱਕ ਥਾਂ ਤੇ ਉਹਦੀਆਂ ਭੁੱਬਾਂ ਨਿਕਲ ਗਈਆਂ, ਉਹ ਬਹੁਤ ਰੋਇਆ। ਤੇ ਚੁਰਸਤੇ ਵਿੱਚ ਜਦੋਂ ਉਹਦਾ ਜੀਵਨ ਪੜ੍ਹਨਾ ਮੈਂ, ਉਹਦੇ ਹੱਥ ਕੱਟੇ ਦੋਵੇਂ ਤੇ ਖੂਨ ਦਾ ਪਰਨਾਲਾ ਦੋਨਾਂ ਹੱਥਾਂ ਵਿੱਚੋਂ ਨਿਕਲਿਆ, ਤੇ ਉਹਨੇ ਉੱਚੀ ਆਵਾਜ਼ ਚ ਕਿਹਾ ਮੇਰੀਆਂ ਬਾਹਾਂ ਕੱਟਣ ਵਾਲਿਓ, ਇਹ ਤਾਂ ਤੁਸੀਂ ਬਾਹਰ ਮੁਖੀ ਮੇਰੀਆਂ ਬਾਹਾਂ ਕੱਟੀਆਂ ਨੇ, ਜ਼ਾਹਰੀ ਕੱਟੀਆਂ ਨੇ, ਪਰ ਬਾਤਨ ਬਾਹਾਂ ਨੂੰ ਕੌਣ ਕੱਟੇਗਾ?
ਮੈਂ ਕੱਟੀਆਂ ਹੋਈਆਂ ਬਾਹਾਂ, ਬਾਹਾਂ ਤੋਂ ਬਿਨਾਂ ਅੱਲਾਹ ਦੇ ਘਰ ਦੇ ਵਿੱਚ ਜਿਹੜਾ ਕੀਮਤ ਦਾ ਤਾਜ ਉਹ ਚੁੱਕ ਕੇ ਮੈਂ ਆਪਣੇ ਸਿਰ ਤੇ ਰੱਖ ਲਿਆ। ਬਾਹਰੋਂ ਕੱਟੀਆਂ ਨੇ, ਉਹਨਾਂ ਪੈਰ ਕੱਟੇ, ਉਹਨੇ ਆਵਾਜ਼ ਦਿੱਤੀ ਉਹ ਮੇਰੇ ਪੈਰ ਕੱਟਣ ਵਾਲਿਓ ਕਿ ਤੁਸੀਂ ਉਹਨਾਂ ਪੈਰਾਂ ਨੂੰ ਕਿਵੇਂ ਕੱਟੋਗੇ ਜਿਹੜੇ ਨਜ਼ਰ ਨਹੀਂ ਆਉਂਦੇ ਪਰ ਮੇਰੇ ਕੋਲ ਕਹਿਣ, ਜਿਨ੍ਹਾਂ ਦੇ ਨਾਲ ਮੈਂ ਦੋ ਜਹਾਨਾਂ ਦਾ ਸਫ਼ਰ ਮੁਕਾ ਚੁੱਕਾ ਹਾਂ। ਉਹਨਾਂ ਨੇ ਫਿਰ ਕੀ ਦੇਖਿਆ, ਕੱਟੇ ਹੋਏ ਹੱਥਾਂ ਨਾਲ ਉਹਨੇ ਆਪਣੇ ਮੂੰਹ ਵੱਲ ਹੱਥ ਕੀਤੇ ਤੇ ਜਿਹੜੀਆਂ ਖੂਨ ਦੀਆਂ ਬੂੰਦਾਂ ਸਨ ਉਹਦੇ ਚਿਹਰੇ ਉੱਤੇ ਡਿੱਗੀਆਂ ਤੇ ਬਹੁਤ ਹੱਸਿਆ। ਲੋਕਾਂ ਕਿਹਾ ਕਿਉਂ? ਕਹਿਣ ਲੱਗਾ, ਸ਼ਰ੍ਹਾਂ ਵਿੱਚ ਬੱਝੇ ਹੋਏ ਲੋਕੋ, ਤੁਸੀਂ ਪਾਣੀ ਨਾਲ ਵੁਜੂ ਕਰਕੇ ਨਮਾਜ਼ ਪੜ੍ਹਦੇ ਹੋ ਪਰ ਇਸ਼ਕ ਦੀ ਨਮਾਜ਼ ਜਦੋਂ ਪੜ੍ਹੀ ਜਾਂਦੀ ਹੈ ਤੇ ਖੂਨ ਨਾਲ ਵੁਜੂ ਕੀਤਾ ਜਾਂਦਾ। ਮੈਂ ਖੂਨ ਨਾਲ ਵੁਜੂ ਕਰਕੇ ਆਪਣੇ ਮਹਿਬੂਬ ਦੀ ਨਮਾਜ਼ ਪੜ੍ਹ ਲੱਗਾ। ਉਹਦੀ ਜ਼ਬਾਨ ਕੱਟਣ ਲੱਗੇ, ਉਹਨੇ ਇੱਥੇ ਗੱਲ ਕਹੀ, ਕਹਿਣ ਲੱਗੇ ਥੋੜਾ ਜਿਹਾ ਰੁਕ ਜਾ, ਡਰਦਾ ਨਹੀਂ ਮੈਂ ਪਰ ਮੈਨੂੰ ਦੁਆ ਕਰ ਲੈਣ ਦੇ। ਜ਼ਬਾਨ ਕੱਟਣ ਲੱਗੇ, ਉਹਨੇ ਕਿਹਾ, ਯਾ ਅੱਲਾ, ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ, ਤੂੰ ਬਹੁਤ ਮੇਰੇ ਤੇ ਤਰਸ ਕੀਤਾ, ਮੈਨੂੰ ਤੂੰ ਸਾਬਤ ਰੱਖਿਆ, ਡੋਲਣ ਨਹੀਂ ਦਿੱਤਾ ਪਰ ਮੈਂ ਅਖੀਰਲੀ ਦੁਆ ਕਰਨ ਲੱਗਾ, ਜਿਹੜੇ ਲੋਕ ਮੈਨੂੰ ਵੱਢਦੇ ਪਏ ਨੇ ਇਹਨਾਂ ਵਿਚਾਰਿਆਂ ਨੂੰ ਬਖਸ਼ ਦੇਈ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਮੇਰਾ ਤੇਰੇ ਨਾਲ ਅੰਦਰ ਦਾ ਰਿਸ਼ਤਾ ਕੀ ਹੈ, ਇਹਨਾਂ ਨੂੰ ਬਖਸ਼ ਦੀ ਇਹਨਾਂ ਨੂੰ ਪਤਾ ਨਹੀਂ। ਬਸ ਇੱਕ ਥਾਂ ਤੇ ਉਹਦੀ ਖੂਕ ਨਿਕਲੀ, ਉਹ ਰੋਇਆ, ਉਹ ਥਾਂ ਸੀ ਜਦੋਂ ਪੱਥਰ ਮਾਰੇ ਗਏ। ਲੋਕਾਂ ਨੇ ਪੱਥਰ ਮਾਰੇ, ਉਹ ਖੱਸਿਆ, ਚੁਰਸਤੇ ਚ ਖਲੋਤੇ ਤੇ ਸੰਗ ਸਾਰ ਕੀਤਾ, ਉਹਦਾ ਕਸੂਰ ਇੰਨਾ ਸੀ, ਉਹਨੇ ਅਨਲ ਹੱਕ ਕਹਿ ਦਿੱਤਾ, ਮੈਂ ਰੱਬ ਹਾਂ। ਸ਼ਰਈ ਲੋਕ ਉਹਦੇ ਪਿੱਛੇ ਪੈ ਗਏ, ਪੱਥਰ ਮਾਰੀ ਗਏ, ਉਹ ਹੱਸੀ ਗਿਆ ਪਰ ਇਹਨਾਂ ਪੱਥਰਾਂ ਦੇ ਵਿੱਚੋਂ ਹੀ ਇੱਕ ਖਿੜਿਆ ਹੋਇਆ ਫੁੱਲ ਉਹਦੇ ਮੂੰਹ ਤੇ ਵੱਜਾ, ਪੱਥਰਾਂ ਦੇ ਵਿੱਚੋਂ ਹੀ ਇੱਕ ਫੁੱਲ ਵੱਜਾ ਤੇ ਜਦੋਂ ਫੁੱਲ ਵੱਜਾ ਉਹ ਉੱਚੀ ਸਰੀ ਰੋਇਆ, ਬਹੁਤ ਉੱਚੀ ਰੋਇਆ। ਹੁਣ ਫਕੀਰ ਦੇ ਅੰਦਰੋਂ ਖੂਕ ਨਿਕਲੇ ਤੇ ਧਰਤੀ ਦਹਿਲ ਜਾਂਦੀ ਏ। ਜਦੋਂ ਰੋਇਆ ਲੋਕਾਂ ਦੇ ਹੱਥਾਂ ਚ ਪਕੜੇ ਹੋਏ ਪੱਥਰ ਰੁਕ ਗਏ ਤੇ ਕਿਸੇ ਨੇ ਆਵਾਜ਼ ਦੇ ਕੇ ਕਿਹਾ, ਇੰਨੇ ਪੱਥਰ ਵੱਜੇ, ਤੂੰ ਹੱਸ ਹੱਸ ਕੇ ਪੱਥਰ ਨੂੰ ਸਵੀਕਾਰ ਕੀਤਾ ਪਰ ਆ ਫੁੱਲ ਹੱਥ ਚ ਫੜ ਲਿਆ, ਫੁੱਲ ਵੇਖ ਕੇ ਰੋਈ ਜਾਂਦਾ, ਇਹਦੀ ਸੱਟ? ਕਹਿਣ ਲੱਗੇ, ਪੱਥਰ ਉਹਨਾਂ ਲੋਕਾਂ ਨੇ ਮਾਰੇ ਜਿਨ੍ਹਾਂ ਲੋਕਾਂ ਨੂੰ ਮੇਰੇ ਅੰਦਰ ਦੀ ਅਸਲੀਅਤ ਦਾ ਪਤਾ ਨਹੀਂ, ਪਰ ਫੁੱਲ ਤਾਂ ਮੇਰੇ ਯਾਰ ਸ਼ਿਬਲੀ ਨੇ ਮਾਰਿਆ। ਯਾਦ ਰੱਖਿਓ, ਇਹ ਤਾਂ ਮੇਰੇ ਅੰਦਰ ਦਾ ਜਾਣੂ ਸੀ, ਮੈਂ ਕਿੱਥੇ ਖਲੋਤਾ ਹੋਇਆ, ਇਹ ਮੇਰਾ ਮਿੱਤਰ ਸੀ, ਤਾਂ ਮੇਰਾ ਅੰਦਰ ਰੋਇਆ ਕਿਉਂਕਿ ਇਸ ਮਿੱਤਰ ਮਾਰ ਕੀਤੀ, ਇਹਨੇ ਸੱਜਣ ਮਾਰ ਕੀਤੀ। ਕਹਿਣ ਲੱਗੇ, ਚਲੋ ਮਾਰਿਆ ਤਾਂ ਫੁੱਲ। ਕਹਿਣ ਲੱਗੇ, ਗੱਲ ਫੁੱਲ ਦੀ ਤੇ ਪੱਥਰ ਦੀ ਨਹੀਂ, ਪਰ ਯਾਦ ਰੱਖਿਓ ਕਿਉਂ ਲੈਨ ਕਤਾਰ ਸੇ ਉਸੇ ਵਿੱਚ ਇਲਾਕੇ ਆਏ ਜਿਹਦੇ ਵਿੱਚ ਮਾਰਨ ਵਾਲੇ ਆਏ ਨੇ, ਇਹ ਵੀ ਤਾਂ ਉਹਨਾਂ ਨਾਲ ਰਲ ਗਏ ਨੇ, ਭਾਵੇਂ ਪੱਥਰ ਦੀ ਤਾਂ ਤੇ ਫੁੱਲ ਮਾਰਿਆ ਹੋਵੇ। ਹੁਣ ਇੱਕ ਇਹ ਵੀ ਮਿੱਤਰਤਾ ਹੈ, ਬੰਦੇ ਦਾ ਅੰਦਰ ਦਹਿਲ ਜਾਂਦਾ ਹੈ ਜਦੋਂ ਕੋਈ ਮਿੱਤਰ ਮਾਰ ਕਰਦਾ ਹੈ। ਸਤਿਗੁਰੂ ਨੇ ਤਾਂ ਹੀ ਕਿਹਾ, ਕਹਿਣ ਲੱਗੇ ਦਿਲੋਂ ਚੱਲ, ਗੱਲਾਂ ਨਾਲ ਨਹੀਂ। ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਵੀ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਖਮੂ ਮਰਦ ਬਾਇਦ ਸ਼ਬਦ ਸੁਖ ਨਵਰ। ਮਰਦ ਹੋਵੇ ਜੋ ਕੁਝ ਮੂੰਹ ਚ ਕਹਿੰਦਾ ਉਹ ਕੁਝ ਉਹਦੇ ਪੇਟ ਵਿੱਚ ਹੋਵੇ, ਜੋ ਕੁਝ ਉਹਦੇ ਢਿੱਡ ਵਿੱਚ ਉਹ ਕੁਛ ਉਹਦੇ ਮੂੰਹ ਤੇ ਹੋਵੇ। ਖਮੂ ਮਰਦ ਬਾਇਦ ਸ਼ਬਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਉਹ ਕਾਹਦਾ ਮਰਦ ਜਿਹਦੇ ਪੇਟ ਵਿੱਚ ਕੁਛ ਤੇ ਮੂੰਹ ਵਿੱਚ ਕੁਛ ਹੋਵੇ, ਗੱਲਾਂ ਨਾਲ ਨਹੀਂ, ਜਿਹੜਾ ਗੱਲਾਂ ਦੇ ਨਾਲ ਹਕੀਕਤ ਵਿੱਚ ਆਪਣੇ ਜੀਵਨ ਨੂੰ ਵੀ ਕਮਾਏ, ਉਹਦੇ ਕੋਲ ਅਸਲੀਅਤ ਹੋਵੇ। ਤੂੰ ਆਪਣੇ ਆਪ ਨੂੰ ਮਰਦ ਕਹਿੰਦਾ, ਤੇਰੀ ਜ਼ਬਾਨ ਤੇ ਕੁਰਾਨ ਦੀਆਂ ਆਇਤਾਂ ਨੇ, ਤੇਰੀ ਜ਼ਬਾਨ ਤੇ ਅੱਲਾਹ ਦਾ ਨਾਮ ਹੈ, ਤੇਰੇ ਖੱਤ ਵਿੱਚ ਤਸਬੀਹ ਹੈ। ਫਤਿਹਨਾਮੇ ਵਿੱਚ ਤਾਂ ਇੱਥੋਂ ਤੱਕ ਲਿਖਿਆ ਕਿ ਤੇਰੀ ਤਸਬੀਹ ਦੇ ਧਾਗੇ ਤਾਂ ਸ਼ਿਕਾਰੀ ਦੇ ਜਾਲ ਨੇ ਜਿਹੜੇ ਲੰਘਦੇ ਹੋਏ ਪੰਛੀਆਂ ਨੂੰ ਪਕੜਦੇ ਪਏ। ਤੂੰ ਜੋ ਕੁਝ ਦਿਖਾ ਰਿਹਾ ਉਹ ਕੁਝ ਹਕੀਕਤ ਵਿੱਚ ਨਹੀਂ, ਪਰ ਸਤਿਗੁਰੂ ਨੇ ਇੱਕ ਬਖਸ਼ਿਸ਼ ਸਾਡੇ ਤੇ ਕੀਤੀ, ਸਾਨੂੰ ਸੱਚਾ ਸੱਜਣ ਸੱਚਾ ਮਿੱਤਰ ਮਿਲਾ ਦਿੱਤਾ। ਉਹ ਕੌਣ ਹੈ ਮਿੱਤਰ, ਕੌਣ ਹੈ ਸੱਜਣ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਤਿੰਨ ਇਹ ਬਚਨ ਮਿਲੇ ਨੇ, ਬਾਕੀ ਆਪ ਪਾਠ ਕਰੋਗੇ ਬਹੁਤ ਪ੍ਰਮਾਣ ਮਿਲਣਗੇ। ਪਹਿਲੀ ਗੱਲ, ਰੱਬ ਐਸਾ ਮਿੱਤਰ ਏ
ਜਿਹੜਾ ਕਦੀ ਬੰਦੇ ਨੂੰ ਧੋਖਾ ਨਹੀਂ ਦਿੰਦਾ। ਦੂਸਰਾ, ਗੁਰੂ ਐਸਾ ਮਿੱਤਰ ਹੈ ਸੱਜਣ ਨੇ ਜਿਹਦੀ ਬਾਂਹ ਪਕੜ ਲੈਣ ਸਿਰ ਦੇ ਦਿੰਦੇ ਨੇ ਪਰ ਬਾਂਹ ਨਹੀਂ ਛੱਡਦੇ। ਤੇ ਤੀਸਰਾ, ਗੁਰਮੁਖ ਸੰਤ ਮਹਾਂਪੁਰਖ ਬੰਦਗੀ ਕਰਨ ਵਾਲੀ ਰੂਹ ਜਿਹਦੇ ਨੂੰ ਇੱਕ ਵਾਰੀ ਬਚਨ ਦੇ ਦੇਣ ਸਿਰ ਧਰ ਦੀ ਬਾਦੀ ਲਾ ਦੇਣਗੇ ਪਰ ਕਦੀ ਬਚਨ ਨੂੰ ਝੂਠਾ ਨਹੀਂ ਪਹਿਣ ਦੇਣਗੇ। ਉਹ ਮਿੱਤਰ ਨੇ, ਉਹ ਗੱਲਾਂ ਵਾਲੇ ਨਹੀਂ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੂੰ ਪੁੱਛੀਏ, ਮਿੱਤਰ ਅਸੀਂ ਉਹਨਾਂ ਦਾ ਬਚਨ ਪੜ੍ਹਦੇ ਹਾਂ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਕੌਣ ਹੈ ਮੇਰਾ ਮਿੱਤਰ? ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਮੀਤ ਸੱਜਣ, ਧਨ ਹਮਾਰਾ ਮੀਤ, ਆਦ ਮੱਧ ਜੋ ਅੰਤ ਨਿਵਾਹ ਹੈ, ਆ ਇਹ ਮੇਰਾ ਮਿੱਤਰ ਮੇਰਾ ਸੱਜਣ। ਆਦ ਮੱਧ ਜੋ ਅੰਤ ਨਿਵਾਹ ਹੈ, ਆਦ ਦਾ ਅਰਥ ਜਿਸ ਦਿਨ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ, ਮੱਧ ਜੋ ਮੈਂ ਜ਼ਿੰਦਗੀ ਹੰਢਾ ਰਿਹਾ, ਤੇ ਅੰਤ ਦਾ ਅਰਥ ਜਿੱਦਣ ਇਸ ਸਰੀਰ ਨੇ ਬਿਣਸਣਾ। ਸੱਜਣ ਤਾਂ ਹੋਵੇ ਜਿਹੜਾ ਤਿੰਨਾਂ ਕਾਲਾਂ ਵਿੱਚ ਨਾਲ ਖਲੋਤਾ ਹੋਵੇ ਤੇ ਕਦੀ ਵੀ ਸਾਥ ਨਾ ਛੱਡੇ। ਆਦ ਮੱਧ ਜੋ ਅੰਤ ਨਿਭਾਹ ਹੈ, ਸੋ ਸਾਜਨ ਮੇਰਾ ਮਨਚਾ ਹੈ, ਆਵੇ ਸੱਜਣ। ਇਸੇ ਨੂੰ ਬਾਬਾ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ, ਈਤ ਊਤ ਨਹੀਂ ਬੀ ਚੁਰਾ ਸੋ ਸੰਗੀ ਗੜੀਆਂ, ਸੱਜਣ ਸਹੀ ਨਾਲ ਮੈਂ, ਜਿਹੜਾ ਇੱਥੇ ਵੀ ਨਾ ਛੱਡੇ ਤੇ ਰੱਬ ਉਹ ਛੱਡਦਾ ਨਹੀਂ। ਈਤ ਊਤ ਨਹੀਂ ਬੀ ਚੁਰਾ ਸੋ ਸੰਗੀ ਗਣੀਏ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਣੀਏ। ਪਰ ਇੱਕ ਬੇਨਤੀ ਮੈਂ ਕਰਾਂ, ਜੇ ਰੱਬ ਨੂੰ ਪਰਮਾਤਮਾ ਨੂੰ ਸੱਜਣ ਬਣਾਉਣਾ ਹੈ ਨਾ, ਫਿਰ ਥਾਂ ਥਾਂ ਤੇ ਮਿੱਤਰਤਾ ਨਾ ਪਾਈ। ਥਾਂ ਥਾਂ ਦੀ ਮਿੱਤਰਤਾ ਪਾਉਣ ਵਾਲਾ ਉਹ ਕਿਵੇਂ ਰੱਬ ਦੀ ਖੁਸ਼ੀ ਲੈ ਸਕਦਾ? ਇੱਕ ਵਾਰ ਅਰਜ਼ ਕੀਤੀ ਸੀ, ਅਸੀਂ ਦਸਤਾਰ ਬੰਨ੍ਹਦੇ ਹਾਂ ਦਰਪਣ ਚ ਸ਼ੀਸ਼ੇ ਚ ਦੇਖ ਕੇ, ਲੋਕ ਚਿਹਰਾ ਦੇਖਦੇ ਆਪਣਾ ਸ਼ੀਸ਼ੇ ਚ, ਇੱਕ ਸ਼ੀਸ਼ਾ ਲੱਗਾ ਹੋਵੇ ਤੇ ਭਾਵੇਂ ਉਹ ਆਦਮ ਕੱਦ ਦਾ ਹੋਵੇ, ਇੱਕ ਸ਼ੀਸ਼ੇ ਵਿੱਚ ਕੇਵਲ ਇੱਕ ਹੀ ਪਰਛਾਵਾਂ ਦਿਸੇਗਾ। ਪਰ ਭਾਈ ਸਿੱਖੋ, ਪਿਛਲੇ ਦਿਨ ਇਹ ਪ੍ਰਮਾਣ ਸ਼ਾਇਦ ਦਿੱਤਾ, ਦੋ ਸ਼ੀਸ਼ੇ ਲਾ ਲਾਂਗੇ ਨਾ ਤੇ ਇੱਕ ਦੀ ਥਾਂ ਤੇ ਅਨੇਕਾਂ ਚਿਹਰੇ ਬਣ ਜਾਣੇ ਨੇ। ਇੱਕ ਦੇਖੀਏ, ਚਿੱਕੜ ਚ ਬੰਦਾ ਫਸਿਆ ਤੇ ਦੋਵੇਂ ਬਾਹਾਂ ਉਹਨੇ ਉੱਚੀਆਂ ਕੀਤੀਆਂ, ਮੈਨੂੰ ਚਿੱਕੜ ਚੋਂ ਦਲ ਦਲ ਚੋਂ ਕੱਢੋ, ਤੇ ਜੇ ਖੱਬਿਓਂ ਵੀ ਕੋਈ ਆ ਜਾਏ ਸੱਜਿਓਂ ਵੀ ਆ ਜਾਏ, ਦੋਨਾਂ ਨੂੰ ਬਾਹਾਂ ਪਕੜਾਏਗਾ, ਦੋਵਾਂ ਦਿਸ਼ਾਵਾਂ ਵਿੱਚ ਬਾਹਾਂ ਖਿਚਾਉਣ ਵਾਲੇ ਦੀਆਂ ਬਾਹਾਂ ਟੁੱਟ ਜਾਂਦੀਆਂ ਨੇ, ਦਲ ਦਲ ਤੋਂ ਨਿਕਲਦਾ ਨਹੀਂ, ਜਾਂ ਖੱਬੇ ਨੂੰ ਪਕੜਾ ਦੇ ਜਾਂ ਸੱਜੇ ਨੂੰ ਪਕੜਾ ਦੇ, ਬਾਂਹ ਇੱਕ ਨੂੰ ਪਕੜਾਈ, ਦੋ ਨੂੰ ਨਹੀਂ। ਇੱਕ ਅਦੀਬ ਦੇ ਸ਼ਬਦ ਨੇ, ਵੈਸੇ ਕਵੀ ਸੱਜਣ ਦੇ ਨੇ, ਕਿ ਇੱਕ ਨਾਲ ਪ੍ਰੀਤ ਕਰ, ਤੇ ਕਬੀਰ ਸਾਹਿਬ ਨੇ ਤਾਂ ਸ਼ਬਦ ਕਿਹਾ, ਕਹਿਣ ਲੱਗੇ, ਥਾਂ ਥਾਂ ਤੇ ਤੂੰ ਝੁਕਣ ਵਾਲਿਆ, ਤੂੰ ਕਹਿ ਰਿਹਾ ਮੇਰੇ ਅੰਦਰ ਨੂੰ ਟਿਕਾ ਨਹੀਂ ਮਿਲਦਾ, ਤੂੰ ਅੰਦਰ ਟਿਕਾਇਆ ਕਦੋਂ ਮੈਂ? ਕਬੀਰ ਸੂਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ, ਮਿੱਤਰ ਯਾਦੇ ਬਣਾ ਲੈ। ਕਬੀਰ ਸੂਖ ਨਾ ਇਹ ਜੋ ਕਰੇ ਜੋ ਬਹੁਤੇ ਮੀਤ, ਜੋ ਚਿੱਤ ਰਾਖੈ ਏਕ ਸੋ ਤੇ ਸੁਖ ਪਾਵੇ ਨੀਤ, ਜਿਹੜਾ ਇੱਕ ਨਾਲ ਚਿੱਤ ਲਾ ਲੈ। ਉਹਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਕਵੀ ਸੱਜਣ ਨੇ, ਉਹ ਕਹਿੰਦਾ, ਬਗੀਚਾ ਫੁੱਲ ਖਿੜੇ ਨੇ ਕਈ ਤਰ੍ਹਾਂ ਦੇ, ਰੰਗ ਬਿਰੰਗੇ, ਹਰ ਇੱਕ ਫੁੱਲ ਦੀ ਆਪਣੀ ਮਹਿਕ ਏ, ਆਪਣੀ ਸੁਗੰਧੀ, ਤੇ ਭਵਰੇ ਦਾ ਸੁਭਾਅ ਏ, ਉਹ ਫੁੱਲ ਤੇ ਆਉਂਦਾ। ਤੁਸੀਂ ਦੇਖਿਓ, ਉਹਦਾ ਬਦਨ ਕਾਲਾ ਹੈ ਤੇ ਮੂੰਹ ਪੀਲਾ ਹੁੰਦਾ, ਭਵਰੇ ਦੀ ਸ਼ਕਲ ਐਸੀ ਹੈ ਨਾ। ਤੇ ਕਵੀ ਸੱਜਣ ਜਿਹੜੇ ਲਤੀਫ ਅਕਲ ਵਾਲੇ ਨੇ, ਉਹ ਹਰ ਗੱਲ ਦੀ ਡੂੰਘਾਈ ਚ ਜਾਂਦੇ ਨੇ, ਤਨ ਦਾ ਕਾਲਾ ਤੇ ਮੂੰਹ ਦਾ ਪੀਲਾ। ਕਹਿੰਦੇ ਨੇ ਕਿਉਂ? ਕਹਿੰਦੇ ਨੇ ਇਸ ਕਰਕੇ ਬੇਵਫਾ ਹੈ, ਇੱਕ ਦਾ ਨਹੀਂ ਬਣਦਾ ਕਦੀ, ਮੂੰਹ ਪੀਲਾ ਬੇਵਫਾਈ ਇਹਦੇ ਚਿਹਰੇ ਤੇ, ਤੇ ਕਾਲਾ ਤਾਂ ਹੋ ਗਿਆ ਕਿਉਂਕਿ ਇਹ ਅੰਦਰੋਂ ਵੀ ਕਾਲਾ, ਇੱਕ ਦਾ ਨਹੀਂ ਬਣਦਾ। ਬਗੀਚਾ ਫੁੱਲ ਅਨੇਕਾਂ ਖਿੜੇ, ਭਵਰਾ ਆਇਆ ਉਹਨੇ ਹਰ ਫੁੱਲ ਦੀ ਸੁਗੰਧੀ ਨੂੰ ਮਾਣਿਆ, ਮਹਿਕ ਦਾ ਆਨੰਦ ਮਾਣਿਆ, ਆਵੇ ਗੁੰਜਾਰ ਪਾਉਂਦਾ ਤੇ ਜਦੋਂ ਰਸ ਚੱਖਦਾ ਉਦੋਂ ਚੁੱਪ ਕਰ ਜਾਂਦਾ, ਹਰ ਫੁੱਲ ਤੇ ਬੈਠਾ। ਪਰ ਇੱਕ ਫੁੱਲ ਖਿੜਿਆ ਸੀ ਚੰਬੇ ਦਾ, ਭਵਰਾ ਉਹਦੇ ਨਜ਼ਦੀਕ ਨਹੀਂ ਜਾਂਦਾ, ਬਿਲਕੁਲ ਨੇੜੇ ਨਹੀਂ ਜਾਂਦਾ। ਉਸ ਫੁੱਲ ਵਿੱਚ ਸੁਗੰਧੀ ਵੀ ਏ, ਕੋਮਲਤਾ ਵੀ ਏ, ਮਹਿਕ ਵੀ ਏ, ਰੰਗ ਵੀ ਬੜਾ ਸੋਹਣਾ, ਪਰ ਉਹਦੇ ਨੇੜੇ ਨਹੀਂ ਫਟਕਦਾ ਭਵੜਾ। ਤੇ ਉਸ ਕਵੀ ਦੇ ਖਿਆਲ ਮੰਨੋ ਕਿ ਉਸ ਫੁੱਲ ਨੂੰ ਜੀਭ ਲਾ ਕੇ
ਉਸ ਸ਼ਾਇਰ ਨੇ ਇੱਕ ਡੂੰਘੀ ਗੱਲ ਦੁਨੀਆਂ ਨੂੰ ਸਮਝਾਈ। ਉਹ ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ। ਚੰਬੇ ਦੇ ਫੁੱਲ ਤੈਨੂੰ ਰੱਬ ਨੇ ਤਿੰਨ ਗੁਣ ਦਿੱਤੇ ਨੇ, ਤੇਰੇ ਕੋਲ ਰੂਪ ਸੁਗੰਧੀ ਕੋਮਲਤਾ ਸਭ ਕੁਛ ਹੈ, ਪਰ ਇਹ ਔਗੁਣ ਤੁਝ ਬਿਖੈ ਭਵਰ ਨਾ ਬੈਠੇ ਪਾਸ। ਤੇਰੇ ਚ ਕਿਹੜੀ ਊਣਤਾਈ ਰਹਿ ਗਈ, ਕਿਹੜੀ ਘਾਟ, ਕਿਹੜਾ ਔਗਣ ਰਹਿ ਗਿਆ ਕਿ ਭਵਰਾ ਤੇਰੇ ਨਜ਼ਦੀਕ ਕਿਉਂ ਨਹੀਂ ਆਉਂਦਾ। ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ, ਪਰ ਇਹ ਔਗੁਣ ਤੁਝ ਬਿਖੈ ਭਵਰ ਨਾ ਬੈਠੇ ਪਾਸ। ਅੱਗੋ ਚੰਬੇ ਦੇ ਫੁੱਲ ਨੇ ਉੱਤਰ ਦਿੱਤਾ ਸਾਜਨ ਮੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ, ਪਰ ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਇਹ ਮੇਰਾ ਬਣ ਕੇ ਆਵੇ, ਥਾਂ ਥਾਂ ਤੇ ਮੂੰਹ ਮਾਰਨ ਵਾਲਾ ਮੈਂ ਕਿਉਂ ਸੁਗੰਧੀ ਦੇ ਦਿਆਂ। ਇੱਕ ਦਾ ਬਣ ਕੇ ਆ, ਜੇ ਸੱਜਣ ਬਣਾਉਣੇ ਰੱਬ ਨੂੰ ਫਿਰ ਦੁਨੀਆਂ ਦੇ ਸੱਜਣਾਂ ਤੋਂ ਭਰੋਸਾ ਚੁੱਕ, ਨਫ਼ਰਤ ਨਾ ਕਰ, ਯਕੀਨ ਉਹਦੇ ਤੇ ਕਰ। ਗੁਰੂ ਜੀ ਨੇ ਦੇਖੋ ਸ਼ਬਦ ਕੈਸੇ ਇੰਨੇ ਕਮਾਲ ਦੇ, ਕਹਿਣ ਲੱਗੇ ਮਨਮੁਖ ਸਿਉਂ ਕਰ ਦੋਸਤੀ ਸੁੱਖ ਕੈ ਪੁੱਛੈ ਮਿੱਤ, ਗੁਰਮੁਖ ਸਿਉਂ ਕਰ ਦੋਸਤੀ ਸਤਿਗੁਰ ਸਿਉਂ ਲਾਏ ਚਿੱਤ, ਚਿੱਤ ਗੁਰੂ ਨਾਲ ਲਾਈ ਦੋਸਤੀ ਗੁਰਮੁਖ ਨਾਲ ਕਰੀ। ਇਹ ਕਿਉਂ ਕਹਿ ਦਿੱਤਾ? ਇਹਦਾ ਮਤਲਬ ਜ਼ਿੰਦਗੀ ਤਿਲਕਣਬਾਜ਼ੀ ਏ, ਗੁਰੂ ਅਡੋਲ ਹੈ, ਉਹ ਡੋਲਦਾ ਕਦੀ ਨਹੀਂ। ਤੇ ਜੇ ਗੁਰਮੁਖ ਨਾਲ ਮਿੱਤਰਤਾ ਪਾਏਗਾ, ਗੁਰੂ ਨਾਲ ਚਿੱਤ ਲਾਏਗਾ, ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ। ਮਿੱਤ ਮੇਰੇ ਮਿੱਤਰਾਂ, ਤੇ ਇਹਨਾਂ ਮਿੱਤਰਾਂ ਤੋਂ ਸੁਖ ਮਿਲੇਗਾ। ਪਹਿਲੀ ਬੇਨਤੀ ਕਿ ਪਰਮਾਤਮਾ ਮਿੱਤਰ ਏ, ਤੇ ਇਹੋ ਜਿਹਾ ਮਿੱਤਰ ਜਿਹੜਾ ਹਰ ਥਾਂ ਤੇ ਵੇ। ਦੂਸਰਾ ਗੁਰੂ ਮਿੱਤਰ ਹੈ, ਸਤਿਗੁਰੂ ਵੀ ਮਿੱਤਰ ਨੇ। ਬਾਬਾ ਜੀ ਨੇ ਤਾਂ ਹੀ ਬਾਣੀ ਚ ਕਿਹਾ, ਕਈ ਵਾਰੀ ਅਸੀਂ ਕਿਸੇ ਨੂੰ ਮਿਲਨੇ ਆ ਨਾ ਤੇ ਕਹਿੰਦੇ ਆ ਬੜੇ ਚਿਰਾਂ ਬਾਅਦ ਮਿਲਿਆ, ਇਹ ਤੇ ਮੇਰਾ ਬਾਲ ਸਿਖਾਈ ਮਿੱਤਰ ਏ। ਇਹ ਸ਼ਬਦ ਵਰਤਨੇ ਜਦੋਂ ਨਿਆਣੇ ਸਾਂ, ਇਹ ਤਾਂ ਮੇਰਾ ਉਦੋਂ ਦਾ ਮਿੱਤਰ ਏ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਇਆ ਤਾਂ ਸਿੱਖ ਕਹਿੰਦਾ ਕਈ ਸਾਲਾਂ ਬਾਅਦ ਆ, ਪਰ ਪਿਆਰ ਇੰਨਾ ਦਿੱਤੇ ਸੱਚੇ ਪਾਤਸ਼ਾਹ, ਇੰਜ ਲੱਗਦਾ ਤੇਰੀ ਮੇਰੀ ਸਾਈਂ ਤਾਂ ਆਪਾਂ ਬਾਲ ਸਿਖਾਈ ਮਿੱਤਰ। ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਗੁਰੂ ਵੀ ਮਿੱਤਰ ਹੈ, ਪਰ ਇਹ ਗੱਲਾਂ ਵਾਲਾ ਨਹੀਂ। ਮੈਂ ਤਾਂ ਇਹ ਥੋੜਾ ਜਿਹਾ ਇੱਕ ਪੱਖ ਲੈ ਲਿਆ ਵੀ ਪੋਜ਼ਿਟਿਵ ਹੀ ਹੈ ਬਾਣੀ ਚ। ਅਸੀਂ ਰੋਜ਼ ਪੜ੍ਹਦੇ ਹਾਂ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਮੇਰੇ ਸਤਿਗੁਰੂ ਤੁਸੀਂ ਮੇਰੇ ਮਿੱਤਰ ਹੋ, ਮੇਰੀ ਅਰਦਾਸ ਹੈ ਮੈਨੂੰ ਗੁਰਮਤ ਨਾਮ ਮਿਲੇ। ਪਰਮਾਤਮਾ ਮਿੱਤਰ, ਸਮਰੱਥ ਗੁਰੂ ਮਿੱਤਰ, ਤੇ ਤੀਸਰੀ ਬੇਨਤੀ ਹੈ ਭਾਈ ਗੁਰਮੁਖ ਇਹੋ ਜਿਹਾ ਮਿੱਤਰ ਹੁੰਦਾ ਹੈ, ਸੰਤ ਇਹੋ ਜਿਹਾ ਮਿੱਤਰ ਹੁੰਦਾ ਹੈ, ਪਰ ਅਸਲੀਅਤ ਹੋਵੇ। ਸੁਬਾ ਵੀ ਇੱਕ ਬੇਨਤੀ ਕੀਤੀ ਸੀ ਕਿ ਸਭ ਤੋਂ ਵੱਡੀ ਨਿਸ਼ਾਨੀ ਇਹ ਵੇ ਕਿ ਜਿਸ ਨੂੰ ਮਿਲ ਕੇ ਗੁਰੂ ਦੀ ਯਾਦ ਆ ਜਾਏ ਨਾ, ਬਸ ਸਮਝੋ ਭਈ ਇਹ ਅਸਲੀਅਤ ਵਿੱਚ ਇਹਦੇ ਅੰਦਰ ਕੋਈ ਰੱਬ ਦਾ ਕੱਤਿਆ ਹੈ। ਪੇਂਡੂ ਜਿਹਾ ਸ਼ਬਦ ਸਿੱਧਾ ਵਰਤਾਂ, ਹਜ਼ੂਰ ਨੇ ਕਿਹਾ ਇਹ ਜਿਹੜੇ ਮਿੱਤਰ ਨੇ ਨਾ ਗੁਰਮੁਖ ਗੁਰਸਿੱਖ, ਇਹ ਰਿਸ਼ਤੇ ਤੋਂ ਉੱਤੇ ਜੇ, ਖੂਨ ਦੇ ਰਿਸ਼ਤੇ ਈਰਖਾਂ ਕਰਦੇ ਦਿਸਣਗੇ, ਪਰ ਭਾਈ ਜਿਹੜੀ ਸਤ ਸੰਗਤ ਤੇ ਗੁਰਮੁਖਤਾਈ ਦਾ ਰਿਸ਼ਤਾ, ਇਹਦੇ ਵਿੱਚ ਕਦੀ ਦਵੈਸ਼ ਨਹੀਂ ਹੁੰਦੀ ਜੇ ਇੱਕ ਨਾਲ ਜੁੜੇ ਹੋਈਏ ਤਾਂ। ਇੱਕ ਦਿਨ ਇੱਕ ਸੱਜਣ ਦੇ ਮੈਂ ਸ਼ਬਦ ਪੜ੍ਹੇ, ਉਹਨੇ ਲਿਖਿਆ, ਉਹ ਕਹਿੰਦਾ ਦੇਖੋ ਦੁਨੀਆਂ ਵਿੱਚ ਕੋਈ ਬੰਦੇ ਇਕੱਠੇ ਵਰਤਦੇ ਨੇ ਨਾ, ਵਿਚਰਦੇ ਨੇ, ਕਿਤੇ ਨਾ ਕਿਤੇ ਦਵੈਸ਼ ਆ ਜਾਂਦੀ, ਈਰਖਾ ਆ ਜਾਂਦੀ। ਘਰ ਦੇ ਵਿੱਚ ਰਹਿੰਦਿਆਂ ਵੀ ਦਵੈਸ਼ ਉਪਜਦੀ ਹੈ, ਪਨਪਦੀ। ਪਰ ਕਹਿੰਦੇ ਨੇ ਉਹਦੇ ਵਿੱਚ ਕਈ ਵਾਰੀ ਇੱਕ ਦੂਜੇ ਨੂੰ ਵੇਖ ਕੇ ਕੀਨਾ ਸਾੜਾ ਆ ਜਾਂਦਾ, ਪਰ ਕਹਿੰਦੇ ਨੇ ਪਰਮਾਤਮਾ ਦੇ ਸਾਰੇ ਮਿੱਤਰ ਬਣ ਜਾਓ, ਇਸ ਮਿੱਤਰਤਾ ਵਿੱਚ ਇੰਨਾ ਸੁੱਖ ਹੈ, ਅੰਦਰੋਂ ਮਿੱਤਰ ਬਣੇ ਫਿਰ ਸਾੜਾ ਨਹੀਂ ਆਉਂਦਾ, ਇੱਕ ਦੂਜੇ ਨੂੰ ਵੇਖ ਕੇ ਖੁਸ਼ ਹੁੰਦੇ, ਸਾੜਾ ਨਹੀਂ। ਤਾਂ ਹੀ ਤਾਂ ਗੁਰੂ ਜੀ ਨੇ ਕੀਨਾ ਨਹੀਂ ਕਿਤੇ ਕੀਤਾ, ਸਾੜਾ ਨਹੀਂ ਕੀਤਾ, ਜਦੋਂ ਦੇਖਿਆ ਗੁਰਮੁਖ ਸਖੀਆਂ ਪਰਮਾਤਮਾ ਚ ਭਿੱਜੀਆਂ ਨੇ, ਇਹ ਨਹੀਂ ਸਾੜਾ ਕਰਕੇ ਕਿਹਾ ਕਿ ਇਹ ਅੱਗੇ ਨਿਕਲ ਗਏ ਇਹਨਾਂ ਨੂੰ ਪਿੱਛੇ ਲਿਆਓ। ਇੱਕੋ ਗੱਲ ਕਹੀ ਮੇਰੇ ਦਾਤਾ ਜੀ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਰਾਤ ਮੰਗੀ, ਈਰਖਾ ਨਹੀਂ ਯਾਰ ਵੇ ਪ੍ਰਹੱਬੇ ਸਖੀਆਂ, ਇੱਕ ਤੋਂ ਇੱਕ ਵੱਧ ਨੇ ਇੱਥੇ, ਮੂੰਹ ਕਹੀ ਨਾ ਜਹੀਆ, ਮੈਂ ਤਾਂ ਉਹਨਾਂ ਵਿੱਚੋਂ ਕਿਸੇ ਵਰਗੀ ਵੀ ਨਹੀਂ।
यार वे हिक डू हिक चाड़े खो किस चाहते या हिक डू हिक चाड़े अनक प्यारे नित कर दे भोग बिलासा उन्होंने देख के ईरखा नहीं यही तो नाम दी खेड़े नित कर दे भोग बिलासा तिना देख मन चाओ उठंदा हो कद पाई गुणदासा चाओ है कीना ते साड़ा नहीं। हजूर ने कहा मित्र गुरसिख भाई साहब ने ते तो कह कह लगे बलिहारी तिना गुरसिखा पुत्र मित्र गुर भाई इठा उतोक वल ध्यान दिया जी इठा दर ते प्यारा इठड़ा शब्द भी असि कहने कहने कोई कहना मेरा पुत्र प्यारा मेरा भरा प्यारा मेरा रिश्तेदार प्यारा कहने मैं उस गुरसिख तो कुर्बान जावा जेड़ा खून दे रिश्ते तो उच्चे उठ के कहिंदा मेरी गुरु की बाणी पढ़न वाला सिख मैनू सब तो वध प्यारा है। बलिहारी तिना गुरसिखा पुत्र मित्र गुर भाई इठा पुत्रा ते मित्रा तो उच्चा आ गुर भाई मैनू प्यारा लगदा फिर उस सिख की जिंदगी कही कहन लगे उस आप तां तरदा उहदे च इन्नी शक्ति जे एक अरदास करे ते पूरी सृष्टि तार सकदा है। जो बचन ने बाणी च ਉਹ ਸ਼ਬਦ ਲਿਖਦੇ ਨੇ ਕਿ ਆਪ ਤਰੇ ਤਰੇਨ ਸਰਿਠਾ। ਖੈਰ ਮੈਂ ਜਿਹੜੀ ਬੇਨਤੀ ਕੀਤੀ ਪ੍ਰਭੂ ਮਿੱਤਰ ਸਤਿਗੁਰੂ ਮਿੱਤਰ ਸਿਰਫ ਟਿਊਕ ਮਾਤਰ ਪ੍ਰਮਾਣ ਲਏ ਨੇ ਤੇ ਗੁਰਸਿੱਖ ਤੇ ਗੁਰਮੁਖ ਵੀ ਮਿੱਤਰ ਨੇ ਇਹ ਗੱਲ ਵੱਖਰੀ। ਲੱਭ ਦੇ ਟਾਵੇਂ ਟਾਵੇਂ ਨੇ ਹਜ਼ੂਰ ਨੇ ਵਾਰਾਂ ਤੇ ਵਧੀਕ ਚ ਕਿਹਾ ਕਿ ਨਾਨਕ ਦੁਨੀਆਂ ਕੈਸੀ ਹੋਈ सालक मित ना रहो कोई। सालक दा अर्थ है संत सच्चा बंदगी दा पुतला। कहिंदे दुनिया नू की हो गया देखो कोई सज्जा सच्चा संत ही नहीं लभदा पिया। नानक दुनिया कैसी होई सालक मित ना रहो कोई भाई बंदी खेत चुकाया दुनिया कारण दीन गवाया कोई रिश्ता नहीं रहा। इथों तक जो बाबा जी ने कहा ਅਸੀਂ ਭਾਵੇਂ ਇੱਥੇ ਕਹਿੰਦੇ ਹਾਂ ਕਿ ਕਈ ਵਾਰੀ ਸ਼ਬਦ ਸੁਣੇ ਹੁਣ ਤੇ ਦੇਸ਼ ਵਿੱਚ ਵੀ ਇਹ ਕੋਈ ਜਗ੍ਹਾ ਛੱਡੋ ਜੀ ਇੱਥੇ ਕੋਈ ਕਿਸੇ ਦਾ ਨਹੀਂ ਜੇ ਕੋਈ ਪਤਾ ਨਹੀਂ ਸਵੇਰੇ ਰਿਸ਼ਤਾ ਜਿਹੜਾ ਸ਼ਾਮ ਨੂੰ ਤਿੜਕ ਜਾਣਾ। ਮਹਾਰਾਜ ਜੀ ਨੇ ਬਾਣੀ ਚ ਕਿਹਾ ਸੀ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸ਼ੈ ਯਾਦ ਸੀਲ ਸੰਯਮ ਸੁੱਚ ਭੰਨੀ ਖਾਣਾ ਖਾਜ ਅਹਾਜ ਸ਼ਰਮ ਗਿਆ ਘਰ ਆਪਣੇ ਪੱਤ ਉੱਠ ਚੱਲੀ ਨਾਰ। ਭਾਈ ਸਾਹਿਬ ਨੇ ਸ਼ਬਦ ਕਹਿ ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਓ ਕਥਾਓ ਜਾਈ ਕੋਈ ਕਿਸੇ ਨੂੰ ਪੁੱਛਦਾ ਨਹੀਂ ਪਿਆ ਰਾਤ ਕਿੱਥੇ ਘੁੰਮ ਕੇ ਐ ਸਿਰਫ ਦਮੜੇ ਚਾਹੀਦੇ ਨੇ। ਕਹਿਣ ਲੱਗੇ ਤੇ ਰਿਸ਼ਤੇ ਤਿੜਕ ਗਏ ਕੇਵਲ ਰੁਪਈਆ ਹੀ ਰਹਿ ਗਿਆ। ਇਹ ਬਾਣੀ ਨੇ ਸ਼ਬਦ ਕਹਿ ਪਰ ਗੁਰੂ ਜੀ ਨੇ ਮਿਹਰ ਕੀਤੀ ਕਹਿਣ ਲੱਗੇ ਗੁਰਮੁਖ ਮਿੱਤਰ ਕਿਵੇਂ। ਅਸੀਂ ਇੱਕ ਦੋ ਤਿੰਨ ਪ੍ਰਮਾਣ ਵੇਖ ਲਈਏ। ਗੁਰਮੁਖ ਮਿੱਤਰ ਹੈ ਜਿਨ੍ਹਾਂ ਡਸੰਦੜਿਆਂ ਦੁਰਮਤ ਵੰਝੈ ਜਿਨ੍ਹਾਂ ਨੂੰ ਵੇਖ ਕੇ ਭੈੜੀ ਮਤ ਦਾ ਨਾਸ ਹੋ ਜਾਏ ਉਹ ਮਿੱਤਰ ਨੇ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੇ ਸਹੀ ਹਉ ਟੁੰਡੇਂਦੀ ਜਗ ਸੁਭਾਇਆ ਜਨ ਨਾਨਕ ਵਿਰਲੇ। ਕਈ ਕਹਿੰਦੇ ਨੇ ਬਹੁਤ ਵਿਰਲੇ ਨੇ ਪਰ ਲੱਭਦੀ ਪਈਆਂ ਹਉ ਟੁੰਡੇਂਦੀ। ਆ ਤੱਕ ਉਹ ਪ੍ਰਮਾਣ ਕੈਸਾ ਮਿਲਦਾ ਮੈਂ ਲੱਭ ਨਹੀਂ ਪਈਆਂ ਗੱਲੀ ਸੋ ਸੱਜਣ ਵੀ ਇੱਕ ਟੁੰਡੇਂਦੀ ਨਾਲ ਹਾਂ ਤੇ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਢੂੰਡਣੀ ਪਈਆਂ ਲੱਭ ਗਿਆ ਇੱਕ ਅੱਧਾ ਵਿਰਲੇ ਨੇ। ਦੂਸਰਾ ਬਚਨ ਹਜ਼ੂਰ ਨੇ ਬਾਣੀ ਚ ਕਿਹਾ ਕੌਣ ਹੈ ਮਿੱਤਰ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ ਢੂੰਡ ਇੱਕ ਢੁੰਡੇਂਦੀ ਨਾਲ ਹਾਂ ਢੂੰਡ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ। ਛੋੜੇ ਦੇ ਅਰਥ ਸਿੱਧੇ ਕਰਦਿਆਂ ਕਿ ਜਿਹੜੇ ਦੁਨੀਆਂ ਦੇ ਸੱਜਣ ਨੇ ਇਹ ਜਿਉਂਦੇ ਪਿੱਠ ਦੇ ਜਾਂਦੇ ਨੇ ਤੇ ਜਿਹੜਾ ਕਮਾਈ ਵਾਲਾ ਗੁਰਮੁਖੇ ਸਿੱਖ ਕਦੀ ਮਰਦਾ ਨਹੀਂ। ਆ ਸ਼ਬਦ ਵੱਲ ਧਿਆਨ ਦਿਆ ਜੀ ਜਿਹੜੇ ਸਾਨੂੰ ਬੋਲੀ ਦਿੱਤੀ ਇਹ ਨਹੀਂ ਕਿਹਾ ਮਰਦਾ ਉਹ ਤਿੰਨ ਸ਼ਬਦ ਕਹਿੰਦੇ ਨੇ ਚੜ੍ਹਾਈ ਕਰ ਗਿਆ ਅਕਾਲ ਚਲਾਣਾ ਕਰ ਗਿਆ ਸ਼ਹੀਦ ਹੋ ਗਿਆ ਇਹ ਸ਼ਬਦ ਵਰਤਨੇ ਨੇ। ਚੜ੍ਹਾਈ ਕਰਨ ਦਾ ਮਤਲਬ ਕੀ ਹੈ ਇਹਦਾ ਮਤਲਬ ਮੌਤ ਤੇ ਚੜ੍ਹਾਈ ਕਰ ਗਿਆ ਮੌਤ ਤੇ ਫਤਿਹ ਪਾ ਗਿਆ। ਅਕਾਲ ਚਲਾਣੇ ਦਰ ਤੇ ਸਾਰੀ ਦੁਨੀਆਂ ਨੂੰ ਕਾਲ ਖਾ ਗਿਆ ਸਿੱਖ ਉੱਥੇ ਚਲਾ ਗਿਆ ਜਿੱਥੇ ਕਾਲ ਦੀ ਪਹੁੰਚ ਹੀ ਕੋਈ ਨਹੀਂ। ਅਕਾਲ ਚਲਾਣਾ ਕਾਲ ਚਲਾਣਾ ਨਹੀਂ ਐੜਾ ਗੇਤਰ ਲੱਗਾ ਅਕਾਲ ਚਲਾਣਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ ਦੁਨੀਆਂ ਦੇ ਸੱਜਣ ਜਿਉਂਦਿਆਂ ਬਾਹਾਂ ਛੱਡ ਜਾਂਦੇ ਨੇ ਗੁਰਮੁਖ ਆ ਜਿੰਨੇ ਮਹਾਂਪੁਰਖ ਕਮਾਈਆਂ ਵਾਲੇ ਹੋਏ ਨੇ ਕਿਤੇ ਗਏ ਨੇ। ਦੇਖੋ ਬਾਣੀ ਦੀ ਰੋਸ਼ਨੀ ਚ ਜਿੰਨੇ ਸ਼ਹੀਦ ਨੇ ਕਿਤੇ ਚਲੇ ਗਏ ਨੇ।
ਹੁਣ ਕਰੀਏ ਕੀ? ਲੋਕੀ ਇਹ ਵੀ ਕਹਿੰਦੇ ਆ, ਕਿਦਨ ਸੱਜਣ ਕਹਿੰਦਾ ਜੀ ਉਹ ਤੇ ਜਨਮ ਮਰਨ ਚ ਫਿਰ ਭਟਕਦੇ ਰਹਿ। ਨਹੀਂ ਉਹ ਭਾਈ, ਇਸ ਗੱਲ ਨੂੰ ਸਮਝੀਏ ਅਸੀਂ। ਜਪਜੀ ਸਾਹਿਬ ਦੇ ਦੋ ਖੰਡ ਨੇ, ਕਰਮ ਖੰਡ ਤੇ ਸ਼ਰਮ ਖੰਡ, ਉਹ ਸਿਰਫ ਇੱਕ ਪੌੜੀ ਨੇ। ਬਾਕੀ ਤਿੰਨ ਖੰਡ, ਚਾਰ ਜਿਹੜੇ ਨੇ ਤਿੰਨ, ਉਹਨਾਂ ਦੀ ਇੱਕ ਇੱਕ ਪੌੜੀ ਏ। ਧਰਮ ਖੰਡ ਪਹਿਲਾ ਹੈ, ਉਹਦੀ ਇੱਕ ਪੌੜੀ ਏ। ਗਿਆਨ ਖੰਡ ਪਹਿਲਾ, ਉਹ ਦੂਸਰਾ, ਉਹਦੀ ਇੱਕ ਪੌੜੀ ਏ। ਸ਼ਰਮ ਖੰਡ ਦੀ ਤੀਸਰੀ ਪੌੜੀ ਏ। ਤਿੰਨ ਪੌੜੀਆਂ ਚ, ਪਰ ਕਰਮਖੰਡ ਸੱਚਖੰਡ ਇੱਕ ਪੌੜੀ ਚ। ਕਿਉਂ? ਕਿਉਂਕਿ ਜਿਹੜੇ ਬਖਸ਼ਿਸ਼ ਵਾਲੇ ਖੰਡ ਵਿਚ ਨੇ, ਸੱਚਖੰਡ ਵੀ ਉਹਨਾਂ ਦਾ ਆਪਣਾ, ਉਹ ਭਾਵੇਂ ਕਰਮਖੰਡ ਚ ਵਿਚਰਨ ਤੇ ਭਾਵੇਂ ਸੱਚਖੰਡ ਵਿਚ ਵਿਚਰਨ, ਦੋਨੋਂ ਕਰਮਖੰਡ ਚੋਂ ਪਤਾ ਨਹੀਂ ਲੱਗਦਾ ਇੱਕੋਦਮ ਸੱਚਖੰਡ ਕਦੋਂ ਸ਼ੁਰੂ ਹੋ ਜਾਂਦਾ। ਕਰਮਖੰਡ ਕੀ ਬਾਣੀ ਜ਼ੋਰ ਤਿੱਥਾ, ਹੋਰ ਨਾ ਕੋਈ ਹੋਰ ਤਿੱਥਾ, ਜੋਧ ਮਾਹ ਬਲਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਥਾਗੇ ਜਾਏ। ਨਹੀਂ ਮਰਦੇ ਉਹ, ਮੋਇਆ ਨਾ ਜਾਈ ਛੋੜ। ਪਰ ਸਰੀਰ ਦਾ ਧਰਮ ਏ, ਸਰੀਰ ਨੇ ਜਾਣਾ। ਹਜ਼ੂਰ ਨੇ ਕਿਹਾ, ਨਾਨਕ ਕੱਚੜਿਆਂ ਸਿਓ ਤੋੜ ਢੂੰਡ, ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ। ਵੈਸੇ ਕਈ ਘਟਨਾਵਾਂ ਐਸੀਆਂ ਸਿੱਖਾਂ ਆਪਣੇ ਵਿਚ, ਗੁਰਸਿੱਖਾਂ ਚ ਵੀ ਨੇ। ਇੱਕ ਮੈਂ ਆਪਣਾ ਸਾਂਝੀ ਕਰ ਦੇਣਾ। ਬੁੱਢਣ ਸ਼ਾਹ ਹੋਏ ਨੇ ਕੀਰਤਪੁਰ ਸਾਹਿਬ, ਆਪ ਸਭ ਨੂੰ ਪਤਾ ਉਹਨਾਂ ਦਾ ਸਥਾਨ ਹੈ ਕਿ ਸ਼ੇਰ ਬੱਕਰੀਆਂ ਨੂੰ ਚਾਰਦਾ ਸੀ। ਉਹਨਾਂ ਦੇ ਸਥਾਨ ਤੇ ਇਹ ਰਵਾਇਤ ਦੱਸਿਆ ਜਾਂਦਾ। ਤੇ ਸੱਚੀ ਮੁੱਚੀ ਜਿੱਦਣ ਸ਼ੇਰ ਬੱਕਰੀਆਂ ਨੂੰ ਚਾਰਨ ਲੱਗ ਪਏ, ਫਿਰ ਬੱਕਰੀਆਂ ਮਾੜੇ ਰਸਤੇ ਤੇ ਨਹੀਂ ਜਾਂਦੀਆਂ। ਮਨ ਸ਼ੇਰ ਜੇ ਜਿੱਦਣ ਇੰਦਰੀਆਂ ਨੂੰ ਇਹ ਕਾਬੂ ਕਰਨ ਲੱਗ ਪਿਆ, ਫਿਰ ਇੰਦਰੀਆਂ ਭੱਜਦੀਆਂ ਨਹੀਂ। ਬੜੀ ਡੂੰਘੀ ਗੱਲ ਸੀ ਉਹ। ਹਜ਼ੂਰ ਉਹਨਾਂ ਕੋਲ ਗਏ ਬੁੱਢਣ ਸ਼ਾਹ, ਸਤਿਗੁਰੂ ਦੇ ਦਰਸ਼ਨ ਕੀਤੇ, ਦੁੱਧ ਦਿੱਤਾ ਸੀ। ਮਹਾਰਾਜ ਜੀ ਨੇ ਕਿਹਾ, ਟਿਕ, ਇੰਤਜ਼ਾਰ ਕਰ, ਛਕਾਂਗੇ ਜ਼ਰੂਰ, ਸਮਾਂ ਆਵੇਗਾ। ਤੇ ਕਿੱਡੀ ਵੱਡੀ ਕਿਰਪਾ ਕਰ ਦਿੱਤੀ, ਬਹਾ ਦਿੱਤਾ ਬੰਡਾ। ਕਈ ਸਾਲ ਬੈਠਾ ਰਿਹਾ ਉਹ, ਜੋਤ ਛੇਵੇਂ ਜਾਮੇ ਚ ਵਰਤੀ। ਬਾਬਾ ਗੁਰਦਿੱਤਾ ਸਾਹਿਬ ਗਏ, ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਗਏ। ਉਸ ਬੁੱਢਣ ਸ਼ਾਹ ਦਾ ਇੱਕ ਚੇਲਾ ਸੀ ਸੁੰਦਰ ਸ਼ਾਹ, ਸੁੰਦਰ ਸ਼ਾਹ ਦਾ ਚੇਲੇ ਸੀ ਬਾਰੇ ਸ਼ਾਹ। ਇਹ ਸੁੰਦਰ ਸ਼ਾਹ ਜਿਹੜਾ ਹੈ, ਕੀਰਤਪੁਰ ਸਾਹਿਬ ਜਦੋਂ ਸਤਿਗੁਰੂ ਦਾ ਦੀਵਾਨ ਸਜਣਾ, ਤੇ ਇਹ ਹਾਜ਼ਰੀ ਭਰਨ ਲੱਗ ਪਏ, ਤੇ ਇਹਦੀ ਸਾਂਝ ਪੈ ਗਈ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨਾਲ। ਮਿੱਤਰ ਬਣ ਗਏ, ਇਕੱਠਿਆਂ ਕੀਰਤਨ ਸੁਣਨਾ, ਬਾਣੀ ਸੁਣਨੀ, ਪਾਠ ਸੁਣਨਾ। ਤੇ ਭਾਈ ਵਿਧੀ ਚੰਦ ਜੀ ਬਾਰੇ ਆਪ ਸਾਰੇ ਜਾਣਦੇ ਹੋ, ਆਪਾਂ ਕਦੀ ਸ਼ਬਦ ਯਤਨ ਕਰੀਏ ਡਾਕੂ ਨਹੀਂ ਵਰਤਣਾ। ਮੈਂ ਜਿਹੜਾ ਸ਼ਬਦ ਅੱਜ ਸਾਂਝਾ ਕਰਨ ਲੱਗਾ, ਮੈਂ ਅੱਜ ਪੜ੍ਹਿਆ ਉਹ, ਤੇ ਮੇਰੀ ਇੱਛਾ ਸੀ ਮੈਂ ਸੰਗਤ ਨਾਲ ਜ਼ਰੂਰ ਸਾਂਝਾ ਕਰਾਂ। ਨਹੀਂ, ਸਤਿਗੁਰੂ ਨੇ ਅੱਠ ਬਖਸ਼ਾਂ ਉਹਨੂੰ ਦਿੱਤੀਆਂ ਸਨ ਪਹਿਲਾਂ। ਪਹਿਲੀਆਂ ਚਾਰ ਬਖਸ਼ਾਂ ਤੇ ਸਨ, ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਪੰਗ। ਜਦੋਂ ਪਹਿਲਾ ਘੋੜਾ ਲੈ ਕੇ ਆਏ ਸਨ ਚਾਰ, ਤੇ ਫਿਰ ਚਾਰ ਬਖਸ਼ਾਂ ਦਿੱਤੀਆਂ, ਵਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਭੀਨਾ, ਤੇ ਚੌਥਾ ਬਚਨ ਕਿਹਾ ਸੀ ਕਦੇ ਕਮੀ ਨਾ ਹੈ, ਤੀਸਰਾ ਕਦੇ ਕਮੀ ਨਾ ਹੈ। ਉਹਨਾਂ ਫਿਰ ਕਿਹਾ ਮਹਾਰਾਜ ਚਾਰ ਪੂਰੇ ਕਰ ਦਿਓ। ਹਜ਼ੂਰ ਨੇ ਕਿਹਾ ਮੰਗੋ, ਸੱਚੇ ਪਾਤਸ਼ਾਹ ਜੀ ਤੋਂ ਬਾਅਦ ਮੰਗਣ ਵਾਲਾ ਫੁਰਨਾ ਹੀ ਕਦੀ ਨਾ ਉੱਠੇ, ਇਹ ਬਖਸ਼ਿਸ਼ ਕਰੋ। ਅੱਠ ਬਖਸ਼ਿਆ, ਇਕੱਠਿਆਂ ਬਹਿਣਾ, ਸੁੰਦਰ ਸ਼ਾਹ ਨਾਲ ਗੱਲਾਂ ਬਾਤਾਂ, ਮਿੱਤਰ ਬਣ ਗਏ ਜੀ, ਤੇ ਗੁਰਮੁਖ ਮਿੱਤਰ। ਸੁੰਦਰ ਸ਼ਾਹ ਨੇ ਕਿਹਾ ਵਿਧੀ ਚੰਦ, ਦੇਖ ਤੂੰ ਮੈਨੂੰ ਬਹੁਤ ਪਿਆਰਾ ਲੱਗਣਾ, ਪਰ ਸਵਾਦ ਤਾਂ ਹੈ ਜੇ ਦੁਨੀਆਂ ਚੋਂ ਇਕੱਠੇ ਚਲਾਉਣਾ ਕਰੀਏ ਤਾਂ। ਬੜੀ ਅਦਭੁਤ ਘਟਨਾ ਹੈ ਗੁਰਸਿੱਖਾਂ ਦੀ ਕਿ ਐਸੇ ਮਿੱਤਰ ਜਿਹੜੇ ਤਿਆਰ ਨੇ ਅੱਗੇ ਜਾਣ ਨੂੰ, ਜੇ ਇਕੱਠੇ ਜਾਈਏ ਤਾਂ। ਭਾਈ ਸਾਹਿਬ ਨੇ ਕਿਹਾ ਸੱਤ ਬਚਨ, ਕਹਿਣ ਲੱਗੇ ਦੇਖੋ, ਕਹਿੰਦੇ ਨੇ ਬਸ ਜੋ ਕਹਿ ਦਿੱਤਾ, ਸਾਧ ਬਚਨ ਟਰਾਦੇ ਵਾਲੀ ਗੱਲ ਸੀ। ਸਮਾਂ ਨਿਕਲਿਆ, ਸੁੰਦਰ ਸ਼ਾਹ ਕੀਰਤਪੁਰ ਤੋਂ ਦਿਓ ਨਗਰ ਚਲਾ ਗਿਆ। ਭਾਈ ਵਿਧੀ ਚੰਦ ਇੱਥੇ ਨੇ ਕੀਰਤਪੁਰ ਸਾਹਿਬ। ਜਦੋਂ ਸੁੰਦਰ ਸ਼ਾਹ ਦਾ ਅੰਤਲਾ ਵੇਲਾ ਆਇਆ, ਤੇ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ, ਸੱਚੇ ਪਾਤਸ਼ਾਹ ਹੁਣ ਮਿੱਤਰ ਆਵਾਜ਼ਾਂ ਮਾਰਦਾ, ਬਚਨ ਕੀਤਾ ਮੈਂ ਚੱਲਣਾ ਉਹਦੇ ਨਾਲ ਅੱਗੇ। ਸੱਚੇ ਪਾਤਸ਼ਾਹ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਤੋਰਿਆ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੂੰ।
इतिहास की वह घटना कहते ने कुट के सीने ला लाया सच्ची सरकार ने सतगुरु के नेत्र छलक आए ये प्यार दे ने दुख दे नहीं अखां भाराइयां ते उत्थे भरी संगत चे शब्द क्या कि जो सिख जो आदमी मेरे विच ते विधि चंद विच अंतर जानेगा ओनू कदी सिखी सिदक प्राप्त नहीं होवेगा। तवारी गुरु खालसा दियां तुकां ने कि जो मेरे विच ते विधि चंद विच फर्क जानेगा ओनू सिखी सिदक प्राप्त नहीं होवेगा। किथे पहुंच गया गुरु का लाल तोरे भाई विधि चंद गए बाबा सुंदर शाह उन्होंने उथे समाधि च बैठे ने बाबा विधि चंद गए जदो मिले समाधि खुली उन्होंने नमस्कार की कह लगे आ गए कहने हां मित्रता बनाई सी तेनू सज्जन क्या है आओ चलिए कठे। इतिहास कहिंदा दोनों बैठे ने सिमरन च बंदगी च कठिया बैठिया कठिया शीश झुकाया ते दोनों दे अंदर वाले हंस अंदर वालियां आत्मावां गुरु चरणियां विच इकट्ठियां प्रवेश कर गई। आ भी मित्रता ही है ये गली नहीं ये हकीकत विच ने ये असलियत है। ऐसे भी सज्जन वह मित्र वह कदी धोखा नहीं देंदे। हजूर सच्चे पातशाह ने कहा परमात्मा मित्र गुरु मित्र ते तीसरा गुरसिख मित्र ओनू हजूर ने कहा जो असी पढ़ने जाकै दर्श पाप कोट उतारे भेटत संग ए भवजल तारे ओए साजन ओए मीत प्यारे। मित्र ने साडे सज्जन ने ओए साजन ओए मीत प्यारे जो हमको हर नाम चितारे जाका शब्द सुनत सुख सारे जाकी टहल जम दूत बिदारे। कहिंदे ने उस गुरमुख ओ मित्र जिदी संगत कीतियां सोबत कीतियां अंदर दे जमा दा भय खत्म हो जांदा। अज उस महान दरवेश बाबा फरीद जी ने अंदर दी वेदना कही ते शब्द की कहे इन्हां शब्दां वल ध्यान दे आज के गली फरीदा गली सो सज्जन वी गल्लां वाले वी सज्जन मिल जांदे ने ते अपने पंजाबी विच वी जेड़ा ए मुहावरा बड़ा वरत्या जांदा। बाबा जी दा जेड़ा शब्द ठेठ पेंडू वी विश्वे विच शब्द वरतने आ वी दा अर्थ असीं कल्ले उन्नी ते वी ना करिए वी दा अर्थ अनगिणत गल्लां वाले अनेकां मिल जाणगे। गली सो सज्जन वी केड़े मुक्ते पड़ता टीका सहित हिरदा राम नहीं पूर्ण रहत गली सो सज्जन वी हथ कर तंत वजावे जोगी थोथर वाजै बेन गली सो सज्जन वी आखन सुनना पौन की बाणी ए मन रत्ता माया आखदा भी पिया रब दी गल सुनदा भी पिया पर इस तरह जिवें हवा एक कन चो गई टकरा के अगा चली गई ए गली सो सज्जन वी एक फिरे कनेरे करें गल्लां गली किना ना पाया गली असी चंगियां आचारी बुरियां मनुख सुधा कालियां बाहर चिटवियां गली सो सज्जन वी। महाराज कहन लगे एक टुंडेंदी नाल हां एक नूं लभ नहीं पईआं ओ सज्जन जिहड़े अंदर दी तृप्ति करे। गुरमुखो आ रात जिहड़ी जा रही है ना आपां तां बैठे आराम नाल रब ने सब कुछ दिता हीट चल रही है सिर्फ याद रखियो अज दी रात चोजी प्रीतम अपने पुत्रां नूं लै के चमकौर दी गढ़ी च आए ने सुबह शहादत वाला दिन है आपां विचारांगे। आज मित्रताई पंजां नूं अमृत दी दात दित्ती मित्रताई किन्हां नूं दित्ती जिन्हां सिर दिते ते चेते रखियो जिन्हां नूं दुनिया ने हर वेले नीवां दिखाया उन्होंने हजूर दे सनमुख सीस दिते उन्होंने हजूर ने अमृत की दात दिती ते अमृत की दात दे के ते फिर खुद उन्हां तो अमृत की दात लई बस इना मन प्रेम च भिज गया दाता सानू रुलदियां नूं कोई नहीं पुछदा सी
ਤੇ ਤੁਸੀਂ ਇੰਨੀ ਬਖਸ਼ਿਸ਼ ਕੀਤੀ। ਹਜ਼ੂਰ ਨੇ ਕਿਹਾ, ਇਨ ਗਰੀਬ ਸਿੰਘਨ ਕੋ ਦੇਹੋਂ ਪਾਤਸ਼ਾਹੀ, ਇਹ ਯਾਦ ਕਰੇ ਖਮਰੀ ਗੁਰਿਆਈ। ਹਜ਼ੂਰ ਨੇ ਕਿਹਾ, ਜਾਂ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਅੱਜ ਉਹ ਪੰਜ ਪਿਆਰੇ ਕਿਤੇ ਇਤਿਹਾਸ ਚ ਨਹੀਂ ਆਉਂਦਾ ਉਹਨਾਂ ਨੇ ਕਿਹਾ ਹੋਵੇ ਮਹਾਰਾਜ ਇਸ ਤਰ੍ਹਾਂ ਨੀ ਇਸ ਤਰ੍ਹਾਂ ਕਰਨਾ। ਗੁਰੂ ਦੇ ਪਿਆਰੇ ਨੇ ਤੇ ਤੁਰੇ ਨੇ, ਇਹਨਾਂ ਪੰਜਾਂ ਵਿੱਚੋਂ ਤਿੰਨਾਂ ਨੇ ਸਵੇਰੇ ਸ਼ਹਾਦਤ ਦਾ ਜਾਮ ਪੀਣਾ ਹੈ। ਇਹ ਵੇ ਅੰਦਰ ਦਾ ਪਿਆਰ, ਅੰਦਰੋਂ ਤੁਰਨਾ। ਫਿਰ ਦੇਖੋ ਇਹਦੇ ਵਿੱਚ ਇੱਕ ਭਾਈ ਕਿਰਪਾ ਸਿੰਘ ਸ਼ਹੀਦ ਹੋਏ ਨੇ। ਕਦੀ ਵਕਤ ਮਿਲਿਆ ਸੀ ਇੱਕ ਇੱਕ ਸਿੰਘ ਦੀ ਪੜਚੋਲ ਕਰਾਂਗੇ, ਵਿਚਾਰਾਂਗੇ। ਉਹ ਕਿਰਪਾ ਸਿੰਘ ਉਹ ਨੇ ਜਿਹੜੇ ਭਾਈ ਪੰਡਿਤ ਕਿਰਪਾ ਰਾਮ ਮੱਟਣ ਵਾਸੀ ਆਏ ਸਨ। ਅੰਮ੍ਰਿਤ ਦੀ ਦਾਤ ਲਈ ਚਮਕੌਰ ਦੀ ਗੜੀ ਚ ਉਹਨਾਂ ਸ਼ਹਾਦਤ ਦਾ ਜਾਮ ਪੀਤਾ। ਇੱਕ ਐਸਾ ਵੀ ਮਿੱਤਰ, ਉਹ ਮਿੱਤਰ ਜਿਹੜੇ ਤੁਰੇ ਨੇ ਹਜ਼ੂਰ ਸੱਚੀ ਸਰਕਾਰ ਦੇ ਚਰਨਾਂ ਵਿੱਚ ਬੈਠੇ ਨੇ। ਤੇ ਇਤਿਹਾਸ ਕਹਿੰਦਾ, ਵੈਸੇ ਸਵੇਰੇ ਮੈਂ ਸੰਖੇਪ ਜੀ ਕਰਨੀ ਹੈ ਵਿਚਾਰ, ਇਹ ਕਹਿੰਦੇ ਸਿੰਘ ਥੱਲੇ ਪਏ ਨੇ, ਸੱਚੇ ਪਾਤਸ਼ਾਹ ਲਈ ਆਸਣ ਲਾਇਆ ਉਹਨਾਂ, ਆਸਣ ਤੇ ਨਹੀਂ ਬੈਠੇ, ਸਿੰਘਾਂ ਦੇ ਕੇਸ ਬਣਦੇ ਨੇ, ਕਈ ਦਿਨਾਂ ਦੇ ਥੱਕੇ ਨੇ, ਉਹਨਾਂ ਦੇ ਕੇਸ ਢੱਕਦੇ ਨੇ, ਹੱਥ ਚੁੰਮਦੇ ਨੇ, ਮੱਥੇ ਚੁੰਮਦੇ ਨੇ, ਤੇ ਜਦੋਂ ਚਰਨ ਵੇਖਦੇ ਨੇ ਲਹੂ ਨਾਲ ਭਿੱਜੇ ਨੇ, ਚੋਜੀ ਪ੍ਰੀਤਮ ਉਹਨਾਂ ਦੇ ਚਰਨ ਵੀ ਪਕੜਦੇ ਪਏ। ਚੂਮਾ ਕਬੀ ਖਲਕੂਮ, ਦਾਹਨ ਚੂਮਨੇ ਬੈਠੇ, ਜਬ ਗੁਰੂ ਜੀ ਪੈਂਤੀ ਆਏ ਤੋ ਸਿੰਘੋ ਕੇ ਚਰਨ ਚੂਮਨੇ ਬੈਠੇ। ਇਹ ਵੀ ਮਿੱਤਰ ਨੇ, ਗੁਰਸਿੱਖ ਮਿੱਤਰ, ਗੁਰੂ ਨਾਲ ਅੰਦਰ ਦੀ ਸਾਂਝ ਪਾ ਕੇ ਤੁਰੇ। ਖਜ਼ੂਰ ਨੇ ਕਿਹਾ, ਉਹਨਾਂ ਨੂੰ ਲੱਭ ਨਹੀਂ ਪਈਆਂ, ਇੱਕ ਲੱਭੇ ਇੱਕ ਟੁੰਡੇਂਦੀ ਨਾਲ ਹਾਂ। ਅਗਲਾ ਬੱਚੇ ਨੇ ਧੁੱਖਾਂ ਜਿਉਂ ਮਾਲੀ, ਵੈਸੇ ਅਸੀਂ ਪੰਜਾਬੀ ਸ਼ਬਦ ਵਰਤਨੇ ਮਲੀ। ਬਾਬਾ ਜੀ ਦੀ ਬਾਣੀ ਚ ਨਾ ਬੜੇ ਸ਼ਬਦ ਜਟਕੇ ਕਿੱਤੇ ਨਾਲ ਸੰਬੰਧਿਤ ਨੇ, ਜ਼ਿਮੀਦਾਰੇ ਕਿੱਤੇ ਨਾਲ। ਅਸੀਂ ਆਮ ਤੌਰ ਤੇ, ਮੇਰਾ ਖਿਆਲ ਹੈ ਵੀ ਸ਼ਹਿਰ ਚ ਰਹਿਣ ਵਾਲੇ ਬਹੁਤ ਘੱਟ ਬੰਦਿਆਂ ਨੂੰ ਪਤਾ ਹੁੰਦਾ ਛੱਪੜੀ ਕੀ ਹੁੰਦੀ। ਉਹ ਕਹਿੰਦੇ ਨੇ ਕੱਲਰ ਕੇਰੀ ਛੱਪੜੀ, ਆਏ ਉਲੱਥੇ ਖੰਝ। ਉਹਨਾਂ ਦੀ ਰਚਨਾ ਵਿੱਚ ਇਹ ਕਿੱਕਰ ਬੀਜੈ ਜੱਟ, ਉਹੀ ਕਹਿ ਰਹੇ ਨੇ ਫਰੀਦਾ ਥੀਓ ਪਵਾਹੀ ਦੱਬ, ਸ਼ਬਦ ਨੇ ਨਾ ਉਹਨਾਂ ਦੇ। ਮਾਖਿਓ ਮਾਝਾ ਦੁੱਧ, ਹੁਣ ਮਾਝਾ ਦੁੱਧ ਤੇ ਗੋਕਾ ਦੁੱਧ ਉਹਨੂੰ ਵੀ ਪਤਾ ਲੱਗਦਾ ਜਿਹਨੇ ਮੱਝਾਂ ਤੇ ਗਾਵਾਂ ਰੱਖੀਆਂ, ਮਾਝਾ ਦੁੱਧ ਉਹ ਕਹਿ ਰਹੇ। ਇੱਥੇ ਉਹਨਾਂ ਸ਼ਬਦ ਵਰਤੇ ਮਲੀ ਕੀ ਹੁੰਦੀ, ਇੱਕ ਹੁੰਦੀ ਰੂੜੀ, ਰੂੜੀ ਨੂੰ ਮਲੀ ਨਹੀਂ ਆਪਾਂ ਕਹਿ ਸਕਦੇ। ਮਲੀ ਉਹ ਗੋਹਾ ਹੁੰਦਾ ਜਿੱਥੇ ਬੀਬੀਆਂ ਪੁਰਾਣੇ ਸਮੇਂ ਗੋਹਾ ਥੱਪਦੀਆਂ ਸਨ, ਉਹਦੇ ਵਿੱਚੋਂ ਜਿਹੜਾ ਗੋਹਾ ਭੁਰ ਜਾਣਾ, ਬੁਰਾਦਾ ਜਿਹਾ ਬਣ ਜਾਣਾ, ਉਹ ਅੱਧਾ ਸੁੱਕਾ ਅੱਧਾ ਗਿੱਲਾ ਹੁੰਦਾ ਸੀ, ਉਹਨੂੰ ਅੱਗ ਲਾਣੀ ਤੇ ਉਹ ਛੇਤੀ ਨਾ ਤਾਂ ਭਾਂਬੜ ਬਣ ਕੇ ਮੱਚਦਾ ਸੀ ਤੇ ਨਾ ਬੁੱਝਦਾ ਸੀ, ਉਹ ਧੁੱਖ ਧੁੱਕ ਕੇ ਬਲੀ ਜਾਂਦਾ ਸੀ। ਉਹਨੂੰ ਕਹਿੰਦੇ ਸਨ ਮਲੀ ਧੁੱਖਦੀ ਪਈ, ਨਾ ਬੁੱਝਦੀ ਏ, ਨਾ ਸੜਦੀ ਏ, ਨਾ ਬਲਦੀ ਏ। ਕਹਿਣ ਲੱਗੇ ਦਾਤਾ ਸੱਚ ਜਾਣੀ, ਆ ਪਖੰਡੀਆਂ ਨੂੰ ਦੇਖ ਕੇ ਅੰਦਰ ਇਸ ਤਰ੍ਹਾਂ ਧੁੱਖਦਾ ਪਿਆ ਜਿਵੇਂ ਮਲੀ ਧੁੱਖਦੀ ਪਈ ਹੈ। ਧੁੱਖਾਂ ਜਿਉਂ ਮਾਲੀ, ਮਲੀ ਦੀ ਤਰ੍ਹਾਂ ਧੁੱਖਣਾ ਪਿਆ। ਕਾਰਨ ਤਿੰਨਾ ਮਾਪਿਰੀ, ਉਹਨਾਂ ਮਾਪਿਰੀ ਮੈਨੂੰ ਜਿਹੜੇ ਪਿਆਰੇ ਲੱਗਦੇ ਨੇ, ਇੱਕ ਸੱਜਣ ਉਹ ਕਿਤੇ ਕਿਰਪਾ ਕਰੇ ਵਾਹਿਗੁਰੂ ਮਿਲਾ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਨ ਭਾਈ, ਆਪਾਂ ਗੁਰੂ ਨੂੰ ਸੱਜਣ ਬਣਾ ਲਈਏ, ਗੁਰੂ ਨੂੰ ਮਿੱਤਰ ਬਣਾਈਏ, ਗੁਰਸਿੱਖਾਂ ਨੂੰ ਮਿੱਤਰ ਬਣਾਈਏ, ਤੇ ਸਾਂਝ ਇਹ ਹੋਵੇ ਕਿ ਜਿਨ੍ਹਾਂ ਨੂੰ ਵੇਖ ਕੇ ਪਰਮਾਤਮਾ ਦੀ ਯਾਦ ਆਵੇ। ਕੱਲ ਦੇ ਦੀਵਾਨ ਵਿੱਚ ਆਪਾਂ ਜੋ ਸਮਾਂ ਨਿਸ਼ਚਿਤ ਹੈ ਪ੍ਰਬੰਧਕ ਵੀਰਾਂ ਵੱਲੋਂ, ਉਹਦੇ ਵਿੱਚ ਚਮਕੌਰ ਗੜੀ ਦਾ ਸਾਕਾ ਉਹ ਵਿਚਾਰਾਂਗੇ। ਫਿਰ ਪਰਸੋਂ ਸ਼ਾਮ ਦੇ ਦੀਵਾਨ ਵਿੱਚ ਜੋ ਇਹ ਬਚਨ ਹੁੰਦਾ, ਫਰੀਦਾ ਇਹ ਤਨ ਭੌਂਕਣਾ, ਕੁੱਤੇ ਦੀ ਤਰ੍ਹਾਂ ਭੌਂਕੀ ਜਾਂਦਾ ਸਰੀਰ, ਕਹਿਣ ਲੱਗੇ ਕਿੰਨੀਆਂ ਕੁ ਇਹਦੀਆਂ ਸੁਣਾ, ਇਹ ਟਿਕਣ ਨਹੀਂ ਦਿੰਦਾ, ਇਹ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।